ਹੁਣ ਸੁਣੋ ਸਿਗਨੇਚਰਸ ਐਕਸਕਲੂਸਿਵਲੀ ਔਨ ਸਪੋਟੀਫਾਈ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਵੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ ਤੇ ਮੈਂ ਜਦੋਂ ਆਇਆ ਪਿੰਡ ਮੈਂ ਕਿਹਾ ਵੀ ਬੁਖਿਆਣਾ ਮੈਨੂੰ ਯਾਰ ਹੁਣ ਪਤਾ ਲੱਗਿਆ ਮੈਂ ਤੈਨੂੰ ਕਿੰਨੀ ਵਾਪਤ ਕਰਦਾ ਜਿਵੇਂ ਚੱਲਦੀ ਮੋਟਰ ਕੋਲ ਬਹਿ ਜਮਾ ਜਾ ਕੇ ਤੇ ਪਾਣੀ ਡਿੱਗਦਾ ਉਹਦੀ ਆਵਾਜ਼ ਆਉਂਦੀ ਹੈ ਪਾਣੀ ਦਾ ਇੱਕ ਵੇਗ ਹੈ ਹਾਂ ਤੁਸੀਂ ਯਕੀਨ ਮੰਨਨੇ ਕਿ ਮੈਂ ਸਾਰੀ ਦਿਹਾੜੀ ਦੇਖ ਸਕਦਾ ਮੈਂ ਉਹਨੂੰ ਸਾਰੀ ਦਿਹਾੜੀ ਸੁਣ ਸਕਦਾ ਹਾਂ। ਮੈਂ ਯਾਦ ਕਰਦਾ ਹੁੰਦਾ ਹਾਂ ਵੀ ਜਦੋਂ ਮੈਂ ਛੇਵੀਂ ਸੱਤਵੀਂ ਚ ਹੋਇਆ ਤੇ ਖੇਤ ਜਾਂਦਾ ਸੀ ਤਾਂ ਸਾਡੇ ਦੋ ਝੋਲੇ ਹੁੰਦੇ ਸੀ। ਇੱਕ ਇੱਕ ਮੇਰਾ ਇੱਕ ਬਾਪੂ ਦਾ। ਇਹ ਵੀ ਗੱਲ ਬਹੁਤ ਖਿੱਚਦੀ ਆ ਵੀ 14 ਸਾਲ ਇੱਕ ਘਰ ਚ ਤੁਸੀਂ ਬਤਾਏ ਇੱਕ ਮਾਂ ਬਾਪ ਦਾ ਤੁਸੀਂ ਬੱਚਾ ਬਣ ਕੇ ਬਤਾਏ ਤੇ 14 ਸਾਲਾਂ ਬਾਅਦ ਤੁਹਾਨੂੰ ਪਤਾ ਲੱਗ ਰਿਹਾ ਕਿ ਨਹੀਂ ਤੁਸੀਂ ਇਸ ਮਾਂ-ਬਾਪ ਦੀ ਔਲਾਦ ਨੂੰ ਤੇ ਨਾਹੀਂ ਤੁਸੀਂ ਇਸ ਪਿੰਡ ਦੇ ਵਾਸੀ ਹੋ ਜਿੱਥੇ ਮੇਰਾ ਬਾਪੂ ਪਲਿਆ ਜਿਹੜੇ ਪਿੰਡ 'ਚ ਮਾਨੂ ਪਰ ਮੇਰੇ ਉੱਥੇ ਮੇਰੇ ਨਾਨਕੇ ਨੇ ਅੱਛਾ ਤੇ ਜੀ ساری ਉਮਰ ਮਜਾਕੇ ਕਰਦੇ ਰਹੇ ਵੇ ਮੇਰੇ ਬਾਪੂ ਨੂੰ ਅੱਛਾ ਉਹ ਕਹਿੰਦਾ ਨਹੀਂ ਅਸੀਂ ਜਾਣਦੇ ਨਹੀਂ ਤੇ ਅਸੀਂ ਕਹਿੰਦਾ ਨਹੀਂ ਤੁਹਾਨੂੰ ਸਭ ਕੁਝ ਦਾ ਪਤਾ ਲੱਗਿਆ ਜਿਹੜਾ ਨਹੀਂ ਤੁਸੀਂ ਐਵੇਂ ਕਹੀ ਜਾਂਦੇ ਹੋ ਤੇ ਬੀਬੇ 15 ਸਾਲ ਦੀ ਸੀ ਤੇ ਮੇਰੇ ਬਾਪੂ ਦੀ ਉਮਰ 35 ਸਾਲ ਤੋਂ ਵੱਧ ਸੀ ਜਦੋਂ ਵਿਆਹ ਹੋਇਆ ਉਹ ਮੈਨੂੰ ਕਹਿੰਦਾ ਵੀ ਯਾਰ ਕੋਈ ਉਹੋ ਜੀ ਕਹਾਣੀ ਲਿਖ। ਅੱਛਾ। ਜਹਜੀਤ ਤੂੰ ਖਾਨੂੰ ਉਹ ਉਹਦੋਂ ਸੁਣਾਈ ਸੀ। ਹੁਣ ਉਹ ਵਿਰਿਆਮ ਸੰਦੂਕ ਦੀ ਆਪਣਾ ਆਪਣਾ ਹਿੱਸਾ ਸੀਗੀ। ਅੱਛਾ ਜੀ। ਹੂੰ ਫਿਰ ਮੈਂ ਉਹਨੂੰ ਦੱਸਿਆ ਵੀ ਤੇ ਜਹਾਂ ਉਹ ਉਹ ਬਹੁਤ بڑا ਲੇਖਕ ਹੈ। ਉਹ ਬਹਿ ਉਹ ਤੇ ਪੈਰਾਂ 'ਤੇ ਵੀ ਆਪਣੀ ਮਾਰਨਾ ਕਦੇ। ਫਿਰ ਉਹਨੂੰ ਮੈਨੂੰ ਦੋ ਗੱਲਾਂ ਦੰਗਿਆਂ ਨਾਲ ਸੰਬੰਧ ਦੱਸਣਾਈਆਂ ਤੇ ਉਹਨਾਂ ਚ ਇੱਕ ਗੱਲ ਫਿਰ ਉਹ ਕੁਦਰਤੀ ਮਨੂ ਨੇ ਉਹ ਦੱਸੀ ਵੀ ਉਹ ਕੀਸੂ ਮਾਇਆ ਆਪਣੀ ਤੂੜੀ ਵਾਲੀ ਕੋਠੜੀ ਚ 20 ਦਿਨ ਰੱਖਿਆ ਲੋਕੋ ਕੇ ਉਹਨੂੰ ਉੱਥੇ ਹੀ ਨਾ ਹਉਣ ਤੋਂ ਹੂੰ ਉੱਥੋਂ ਹੀ ਉਹਦਾ ਗੰਦ ਚੱਕ ਕੇ ਬਾਹਰ ਲੈ ਕੇ ਆਉਣਾ ਹੂੰ ਉਹਨੂੰ ਬਾਹਰ ਕੱਢਿਆ ਹੀ ਨਹੀਂ हथ कंबदा महसूस किया मैं जिंदगी कोई ओडि खतरनाक चीज़ नहीं महसूस की जो हथ काप दारी उम्र गल करता रे स ਫੇਰ ਵੀ ਮੈਨੂੰ ਇਹ ਲੱਗਦਾ ਵੀ ਯਾਰ ਇਹ ਉਹਨਾਂ ਦੀ ਗੱਲ ਹੋਈ ਨਹੀਂ ਜਿਹੜੀ ਚਾਹੀਦੀ ਤੇ ਤੁਹਾਡੇ ਪਿਤਾ ਜੀ ਨੂੰ ਪਤਾ ਲੱਗਿਆ ਹੋਣਾ ਵੀ ਇਹ ਮਾਂ ਬਾਪ ਉਹਦੇ ਨਹੀਂ ਇਹ ਘਰ ਉਹਦਾ ਨਹੀਂ ਇਹ ਪਿੰਡ ਉਹਦਾ ਨਹੀਂ ਤਾਂ ਉਹਨਾਂ ਨੇ ਮਤਲਬ ਗੱਲ ਜਾਣਨ ਤੋਂ ਬਾਅਦ ਉਸ ਚੀਜ਼ ਨੂੰ ਐਕਸੈਪਟ ਕੀਤਾ ਫੇਰ ਉਹਨੇ ਮੈਨੂੰ ਦੱਸਿਆ ਸੀ ਵੀ ਜਿਸ ਦਿਨ ਮੈਨੂੰ ਪਤਾ ਲੱਗਿਆ ਨਾ ਇਹ ਗੱਲ ਦਾ ਉਸ ਦਿਨ ਮੇਰਾ ਸਭ ਕਾਸੇ ਤੋਂ ਮਨ ਉਖੜ ਗਿਆ ਕਹਾਣੀਆਂ ਤੁਹਾਡੀਆਂ ਤੁਹਾਡੇ ਪਾਤਰ ਆਉਂਦੇ ਕਿੱਥੋਂ ਨੇ ਕਹਾਣੀ ਇਹ ਕਹਿੰਦੀ ਹੈ ਕਿ ਦੁਨੀਆਂ ਦੀਆਂ ਸਾਰੀਆਂ ਦੁਸ਼ਮਣੀਆਂ ਸਾਰੇ ਬੈਰ ਵਿਰੋਧ ਇੱਕੋ ਹੀ ਹਥਿਆਰ ਹੈ ਇਹਨਾਂ ਨੂੰ ਖਤਮ ਕਰਦਾ ਤੇ ਉਹ ਹੈ ਪ੍ਰੇਮ ਵੀ ਸੋਸ਼ਲ ਵਿਖਰੀ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਆ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੀ ਸੋਸ਼ਲ ਦੀ ਬੇਹਦ ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਪੰਜਾਬੀ ਸਾਹਿਤ ਦੇ ਉੱਗੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਹੁਰੀ ਇਹਨਾਂ ਦੀਆਂ ਕਹਾਣੀ ਦੀਆਂ ਤਿੰਨ ਕਿਤਾਬਾਂ ਯੁੱਧਖੇਤਰ ਇੱਕ ਕਰ ਆਜ਼ਾਦ ਹਿੰਦਿਆ ਦਾ ਅਤੇ ਡਬੋਲੀਆਂ ਆ ਚੁੱਕੀਆਂ ਨੇ ਇਹ ਵੀ ਮਾਣ ਹੈ ਇਹਨਾਂ ਦੀ ਹਿੱਸੇ ਹੈ ਕਿ ਇਹਨਾਂ ਦੀ ਕਿਤਾਬ ਯੁੱਧਖੇਤਰ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਛਾਪੀ ਇਹਨਾਂ ਨੂੰ ਅੱਜ ਮਿਲਣ ਦਾ ਸੁਭਾਅ ਇਹਨਾਂ ਦੀਆਂ ਕਹਾਣੀਆਂ ਵੀ ਨੇ ਅਤੇ ਖਾਸ ਵਜ੍ਹਾ ਇਹ ਹੈ ਕਿ 29 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਸਾਡੇ ਵਾਲੇ ਇਹਨਾਂ ਦੀ ਕਹਾਣੀ ਮੋਹ ਪਾਸ਼ ਦੀ ਅਡੈਪਟੇਸ਼ਨ ਹੈ ਇਹਨਾਂ ਦੇ ਨਾਲ ਇਹਨਾਂ ਦੀਆਂ ਕੁਝ ਖਾਸ ਚਰਚਿਤ ਕਹਾਣੀਆਂ ਬਾਰੇ ਗੱਲ ਕਰਾਂਗੇ ਅਤੇ ਮੋਹ ਪਾਸ਼ ਬਾਰੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਮੋਹ ਸਾਡੇ ਵਾਲੇ ਤੋਂ ਪਹਿਲਾਂ ਨਾ ਪਰ ਫਿਲਮ ਆਈ ਸੀ ਨਾ ਪਰ ਫਿਲਮ ਦੇ ਕਹਾਣੀ ਦੇ ਜੋ ਡਾਇਲੌਗਸ ਹਨ ਜਾਂ ਉਸ ਤੋਂ ਬਾਅਦ ਸਾਵੀ ਫਿਲਮ ਦੇ ਜੋ ਡਾਇਲੌਗਸ ਹਨ ਉਹ ਵੀ ਇਹਨਾਂ ਨੇ ਲਿਖੇ ਸਨ ਫਿਲਮਾਂ ਦੇ ਨਾਲ ਪੰਜਾਬੀ ਸਾਹਿਤ ਦੇ ਨਾਲ ਇਹਨਾਂ ਦਾ ਕਿਹੋ ਜਿਹਾ ਰਿਸ਼ਤਾ ਹੈ ਇਹਨਾਂ ਤੋਂ ਪਾ ਜਾਣਾਂਗੇ ਅੱਜ ਇਹਨਾਂ ਨੂੰ ਖਾਸ ਮਿਲਣ ਦੇ ਲਈ ਸੀ ਇਹਨਾਂ ਦੇ ਪਿੰਡ ਬੂਥਗੜ ਵਿਖਿਆ ਹੈ ਤੇ ਪਿੰਡ ਵਾਲੇ ਇਹਨਾਂ ਨੂੰ ਬਹੁਤ ਲਗਾਵ ਹੈ ਇਹਨਾਂ ਦਾ ਘਰ ਜਿਸ ਜਗ੍ਹਾ ਤੇ ਅਸੀਂ ਬੈਠੇ ਹੋਏ ਹਾਂ ਬਹੁਤ ਸੋਹਣਾ ਘਰ ਹੈ ਬਹੁਤ ਹਰਿਆਲੀ ਆ ਬਹੁਤ ਦਰਖਤ ਲੱਗੇ ਹੋਏ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਆਵਾਜ਼ਾਂ ਪੰਛੀ ਦੀ ਅੱਜ ਮੈਂ ਸਾਲਾਂ ਬਾਅਦ ਸੁਣੀਆਂ ਨੇ ਜਿਹੜੀਆਂ ਕਿ ਸ਼ਾਇਦ ਸ਼ਹਿਰਾਂ 'ਚ ਨਹੀਂ ਸੁਣਨ ਨੂੰ ਮਿਲਦੀਆਂ ਸੋ ਬਲਵਿੰਦਰ ਸਿੰਘ ਗਰੇਵਾਲ ਹੋਰ ਆਂਦਾ ਸੀ ਸਵਾਗਤ ਕਰਦੇ ਹਾਂ ਸਸ਼ੀਕਲ ਸਰ ਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੀ ਸੋਸ਼ਲ ਤੇ ਮੇਹਰबानी ਜੀ ਤੁਸੀਂ ਸਾਡੇ ਘਰ ਆਏ ਸਾਡੇ ਲਈ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ। ਹੂੰ। ਪਿੰਡ ਬੂਥਗੜ ਨਾਲ ਤੁਸੀਂ ਮੈਨੂੰ ਆਫ ਕੈਮਰਾ ਦੱਸ ਰਹੇ ਸੀਗੇ ਸਾਡੇ ਨਲੈਕੀ ਵੀ ਸਾਨੂੰ ਕੈਮਰਾ ਉਦੋਂ ਰੋਲ ਰੱਖਣਾ ਚਾਹੀਦਾ ਸੀਗਾ। ਜੀ। ਤੇ ਇਸ ਪਿੰਡ ਨਾਲ ਤੁਹਾਡਾ ਕਿ ਮਿਤਾ ਨਾਤਾ ਕਿਵੇਂ ਦਾ ਰਿਸ਼ਤਾ ਤੁਹਾਡਾ ਬੂਥਗੜ ਦੇ ਨਾਲ? ਮੇਰਾ ਜਿਹੜਾ ਵੈਸੇ ਤਾਂ ਸਾਰਿਆਂ ਦਾ ਹੀ ਆਪਣੀ ਜਨਮ ਭੋਏ ਨਾਲ। ਹੂੰ। ਵੀਟਾ ਮਾ ਹੋਊਗਾ ਜਿਹਦਾ ਨਾਂ ਹੋਵੇ। ਹੂੰ। ਰਸੂਲ ਅਮਜ਼ਾ ਤੋਂ ਉਹਦੀ ਨਾ ਇੱਕ ਛੋਟੀ ਜੀ ਗੱਲ ਹੈ। ਉਹ ਕਹਿੰਦਾ ਵੀ ਕਿਸੇ ਨੇ ਨਾ ਕੋਈ ਪੰਛੀ ਰੱਖਿਆ ਹੋਇਆ ਸੀ ਪਿੰਜਰੇ 'ਚ ਹੂੰ ਤੇ ਇੱਕ ਦਿਨ ਉਹ ਕਰੀ ਜਾਵੇ ਹਾਏ ਮੇਰੀ ਜਨਮ ਭੂਮੀ ਹਾਏ ਮੇਰੀ ਜਨਮ ਭੂਮੀ ਅੱਛਾ ਹੁਣ ਉਹ ਕਹਿੰਦਾ ਵੀ ਮੈਂ ਇਹਦੀ ਇੰਨੀ ਸੇਵਾ ਕਰਨਾ ਹੈ ਹੂੰ ਇਹਨੂੰ ਮੇਵੇ ਖਿਲਾਉਣਾ ਤੇ ਇਹਨੂੰ ਚੋਗਾ ਲੱਭਣ ਨਹੀਂ ਜਾਣਾ ਪੈਂਦਾ ਪਾਣੀ ਪਿੰਜਰੇ 'ਚ ਮਿਲਦਾ ਹੂੰ ਖੇਰ ਵੀ ਇਹ ਜੀ ਕਿਹੜੀ ਚੀਜ਼ ਹੈ ਇਹਦੀ ਜਨਮ ਭੂਮੇ ਚ ਜਿਹੜੀ ਇਹਨੂੰ ਮਤਲਬ ਭੁੱਲਦੀ ਹੋਈ ਨਹੀਂ ਹਰ ਵੇਲੇ ਜਨਮ ਭੂਮੀ ਜਨਮ ਭੂਮੀ ਕਰੀ ਜਾਂਦਾ ਤੇ ਉਹਨੇ ਇੱਕ ਦਿਨ ਪਿੰਜਰਾ ਖੋਲਤਾ ਪੰਛੀ ਉੱਡ ਗਿਆ ਤੇ ਉਹਦੇ ਮਗਰ ਚਲੇ ਆ ਗਿਆ ਵੀ ਦੇਖ ਨਾ ਯਾਰ ਇਹਦਾ ਇਹ ਜਾ ਕੀ ਹੈ ਬਿਲਕੁਲ ਤੇ ਉਹ ਗਿਆ ਇੱਕ ਬੜੇ ਸਾਰੇ ਪੱਥਰ ਤੇ ਜਾ ਕੇ ਬਹਿ ਗਿਆ। ਅੱਛਾ। ਚਲੋ ਭਾਈ। ਹਾਏ ਮੇਰੀ ਚੰਮਪੂ ਮੈਂ। ਹੁਣ ਉਹ ਸਾਡੇ ਲਈ ਪੱਥਰ ਹੈ। ਹੂੰ। ਹੂੰ। ਦੇਖਣ ਵਾਲੇ ਲਈ ਪੱਥਰ ਹੈ। ਬਿਲਕੁਲ। ਪਰ ਉਹ ਪੰਛੀ ਦਾ ਜਿਹੜਾ ਉਹਦੇ ਨਾਲ ਰਿਸ਼ਤਾ ਹੈ, ਉਹਦੇ ਨਾਲ ਲਗਾਓ ਹੈ। ਹੂੰ। ਉਹ ਸਿਰਫ ਉਹਨੂੰ ਹੀ ਪਤਾ ਹੈ। ਹੂੰ। ਇਹ ਜੇ ਤੁਸੀਂ ਮੈਨੂੰ ਵੀ ਆਪ ਆਏ ਨਹੀਂ ਸੀ ਪਤਾ ਕਿਉਂਕਿ ਤਾਂ ਮੈਂ ਪਿੰਡ 'ਚ ਰਿਹਾ ਹਾਂ ਪਤਾ ਤਾਂ ਉਦੋਂ ਲੱਗਣਾ ਹੈ ਨਾ ਜਦੋਂ ਤੁਸੀਂ ਦੂਰ ਹੋਏਂਗੇ ਉਹ ਹੂੰ ਬਿਲਕੁਲ ਉਹ ਮੈਨੂੰ 2019 'ਚ ਕੈਨੇਡਾ ਜਾਣਾ ਪਿਆ ਥੋੜੇ ਸਮੇਂ ਲਈ ਗਿਆ ਮੈਂ ਤੇ ਵਾਪਸ ਆਇਆ ਤਾਂ ਉਦੋਂ ਮਤਲਬ ਉੱਥੇ ਮੇਰਾ ਜੀਨ ਨਹੀਂ ਲੱਗਿਆ ਬਿਲਕੁਲ ਤਾਂ ਮੈਨੂੰ ਪਿੰਡ ਵੱੜਦੇ ਨੂੰ ਮਤਲਬ ਜਦੋਂ ਮੈਂ ਖਨਾਂ ਇਧਰਲੇ ਪਾਸੇ ਨੂੰ ਲੰਘਿਆ ਹੂੰ ਉਦੋਂ ਮੈਨੂੰ ਪਤਾ ਲੱਗਿਆ ਵੀ ਵੀ ਮੈਂ ਯਾਰ ਆਪਣੇ ਪਿੰਡ ਨੂੰ ਇੰਨੀ ਮੁਹੱਬਤ ਕਰਦਾ ਹੂੰ ਹੂੰ ਤੇ ਮੈਂ ਮਤਲਬ ਸੱਚਮੁੱਚ ਪਾਪਕ ਹੋ ਗਿਆ ਜਦੋਂ ਮੈਂ ਪਿੰਡ ਆਇਆ ਨਾ ਤੇ ਇਹਨੂੰ ਬਿਆਨ ਤਾਂ ਕੀਤਾ ਨਹੀਂ ਜਾ ਸਕਦਾ ਗੱਲ ਨੂੰ ਸਾਰੀਆਂ ਧਰਤੀਆਂ ਚੰਗੀਆਂ ਨੇ ਸਾਰੀਆਂ ਦੀਆਂ ਜਨਮ ਭੂਆਂ ਆਪਣੀਆਂ ਆਪਣੀਆਂ ਵਧੀਆ ਨੇ ਹੂੰ ਸਾਰੇ ਲੋਕ ਦੁਨੀਆ 'ਚ ਚੰਗੇ ਨਹੀਂ ਮੈਨੂੰ ਤਾਂ ਮਤਲਬ ਕੈਨੇਡਾ ਇਸ ਲਈ ਬਹੁਤ ਜ਼ਿਆਦਾ ਵਧੀਆ ਲੱਗਿਆ ਕਿ ਉੱਥੇ ਬਹੁਤ ਰੰਗ ਨੇ ਜ਼ਿੰਦਗੀ ਦੇ ਹੂੰ ਸਾਰੀਆਂ ਧਰਤੀਆਂ ਦੇ ਲੋਕ ਨੇ ਸਾਰੀਆਂ ਆਵਾਜ਼ਾਂ ਨੇ ਹੂੰ ਤੇ ਮੈਨੂੰ ਤਾਂ ਆ ਵੀ ਉੱਥੇ ਨਹੀਂ ਲੱਗੀ ਵੀ ਤੁਹਾਨੂੰ ਉੱਥੇ ਲੋਕ ਨਹੀਂ ਦੇਖਦੇ ਜੀ ਸੁਨਮਸਾਨ ਹੁੰਦੀ ਹੈ ਹਾਂ ਬਈ ਨਵਰ ਫਲਟ ਦਾ ਮੈਨੂੰ ਤਾਂ ਉੱਥੇ ਬਹੁਤ ਲੋਕ ਮਿਲੇ ਹੂੰ ਬਹੁਤ ਲੋਕ ਦਿਖੇ ਤੇ ਬੜੇ ਚੰਗੇ ਲੱਗੇ ਹੂੰ ਹੈਨਾ ਹੂੰ ਤੇ ਅਡਾਟ ਮਸਲਾਂ ਦੇ ਲੋਕ ਵਿਆਹ ਕਰਾਏ ਹੋਏ ਉਹਨਾਂ ਦੇ ਤੇ ਮਤਲਬ ਸਰਦਾਰ ਬੰਦਾ ਚਰਚੇ ਚੋਂ ਜਾ ਰਿਹਾ ਆਪਣੀ ਪਤਨੀ ਨਾਲ ਹੈਨਾ ਤੇ ਅਫਰੀਕਾ ਨਾਲ ਕੁੜੀ ਗੁਰਦੁਆਰਾ ਸਾਹਿਬ ਚਾ ਰਹੀ ਹੈ ਬਿਲਕੁਲ ਹਾਂ ਹੈਨਾ ਹੂੰ ਤੇ ਲੋਕਾਂ ਨੇ ਤੁਸੀਂ ਉਹ ਮੈਨੂੰ ਕਿਸੇ ਘਰ ਬੁਲਾਇਆ ਗਿਆ ਉਥੇ ਬ੍ਰੈਂਟਨ ਉਹ ਉਥੇ ਤਿੰਨੇ ਕਮਾਂ ਦੇ ਬੰਦੇ ਇਕੱਠੇ ਹੋਏ ਪੰਜਾਬੀ ਬੈਠੇ ਇੱਕ ਬੰਦਾ ਇੰਗਲੈਂਡ ਦਾ ਸੀ ਉਹ ਉਹ ਜਿੱਦੇ ਘਰ ਗਿਆ ਹੋਇਆ ਸੀ ਅੱਛਾ ਜੀ ਤੇ ਇੱਕ ਉਹਦਾ ਕੋਈ ਮਿੱਤਰ ਸੀ ਉਹ ਕਿਸੇ ਅਫਰੀਕਨ ਮੁਲਕ ਚੋਂ ਉਹ ਜੰਪਲੂ ਉੱਥੇ ਰਹੀ ਸੀ ਹੂੰ ਤੇ ਕਿਉਂਕਿ ਉਹਦੀ ਅੰਗਰੇਜ਼ੀ ਮੈਨੂੰ ਸਮਝ ਆਉਂਦੀ ਰਹੀ ਹੂੰ ਤੇ ਫਿਰ ਮੈਂ ਉਹ ਤੋਂ ਪੁੱਛਿਆ ਵੀ ਵੀ ਤੂੰ ਇੱਥੇ ਦੇ ਜੰਪਲੂ ਕਹਿੰਦਾ ਵੀ ਆ ਕਿਉਂਕਿ ਉਹ ਉਹ ਉਹਨਾਂ ਦੀ ਅੰਗਰੇਜ਼ੀ ਥੋੜੀ ਘੱਟ ਸਮਝ ਆਉਂਦੀ ਸੀ ਅੱਛਾ ਜੀ ਤੇ ਉਹਨੇ ਸਿੱਖੀ ਜਦੋਂ ਮੈਂ ਦਾ ਸੈਕਿੰਡ ਲੈਂਗੁਏਜ ਸਿੱਖਦਾ ਫਿਰ ਬਹੁਤ ਸਾਵਧਾਨੀ ਨਾਲ ਬੋਲਦਾ ਹੂੰ ਉਹ ਸਮਝਾਈ ਤੇ ਬੜਾ ਚੰਗਾ ਲੱਗਿਆ ਮੈਨੂੰ ਤਾਂ ਵੀ ਹੂੰ ਪਰ ਜਦੋਂ ਪਿੰਡ ਵੜਿਆ ਉਹ ਤੋਂ ਫਿਰ ਮੈਨੂੰ ਸੁੱਖ ਦਾ ਸਾਹ ਆਇਆ 니ਓ ਵਾਕ ਦਹਰਾਓ ਜਿਹੜਾ ਤੁਸੀਂ ਇਹ ਤੋਂ ਪਹਿਲਾਂ ਕਿਹਾ ਸੀ ਜਦੋਂ ਤੁਸੀਂ ਆਪਣੇ ਪਿੰਡ ਨੂੰ ਦੱਸਦੇ ਹੋ ਮੈਨੂੰ ਤੇਰੇ ਲਈ ਕਿੰਨਾ ਹੈ ਮੈਂ ਮਤਲਬ ਫੇਪਰ ਕੋਡ ਨਾ ਤੇ ਮੈਂ ਮਤਲਬ ਪਿੰਡ ਬੜ ਕੇ ਜਦੋਂ ਬੜਿਆ ਨਾ ਹਰਜੀਤ ਮੈਨੂੰ ਲੈਣ ਗਿਆ ਸੀ ਆਹੀ ਵੇਲਾ ਸੀ 7 ਵਜੇ ਮੈਂ ਉਤਰਿਆ ਸੀ ਹੂੰ ਤੇ ਮੈਂ ਜਦੋਂ ਆਇਆ ਇੱਧਰ ਆਇਆ ਪਿੰਡ ਮੈਂ ਕਿਹਾ ਵੀ ਬੁਖਿਆ ਨਾ ਮੈਨੂੰ ਯਾਰ ਹੁਣ ਪਤਾ ਲੱਗਿਆ ਮੈਂ ਤੈਨੂੰ ਕਿੰਨੀ ਮਹੱਭਤ ਕਰਦਾ ਹੂੰ ਨਾ ਪਰ ਇਹ ਗੱਲ ਤਾਂ ਮੈਨੂੰ ਐਨ ਪੱਕਾ ਪਤਾ ਹੈ ਹੂੰ ਕਿ ਪਿੰਡ ਮੈਨੂੰ ਉਦੋਂ ਵੱਧ ਮਹੱਭਤ ਕਰਦਾ ਹੈ ਹੂੰ ਤੁਸੀਂ ਪਿੰਡ ਨੂੰ ਉਨੀ ਮੁਹੱਬਤ ਕਰੀ ਨਹੀਂ ਸਕਦੇ ਜਿੰਨੀ ਉਹ ਤੁਹਾਨੂੰ ਕਰਦਾ। ਬਿਲਕੁਲ। ਸਾਰੀਆਂ ਗੱਲਾਂ ਨੇ ਇੱਥੇ ਵੀ ਵੈਰ-ਵਿਰੋਧ ਨੇ। ਭਾਵੇਂ ਮੇਰੇ ਨਾਲ ਕਿਸੇ ਦਾ ਨਹੀਂ ਮੈਂ ਵੈਰ-ਵਿਰੋਧ ਵਾਲਾ ਬੰਦਾ ਨਹੀਂ ਹੈਗਾ। ਤੇ ਮੇਰੇ ਬਾਪੂ ਨੇ ਇੰਨਾ ਜ਼ਿਆਦਾ ਕੰਮ ਪਿੰਡ 'ਚ ਕੀਤਾ ਹੋਇਆ ਕਿ ਉਹਦੀ ਖੱਟਿਆ ਨਹੀਂ ਸਾਤੋਂ ਮੁੱਕਦੀ। ਅਸੀਂ ਉਹਦਾ ਹੀ ਖੱਟਿਆ ਕਹਿੰਦੇ ਹਾਂ ਹੁਣ ਤੱਕ। ਨਾ ਬਾਬਾ ਕਹਿੰਦੇ ਸੀ ਮੇਰੇ ਬਾਪੂ ਨੇ। ਤੇ ਇਸ ਲਈ ਮੈਨੂੰ ਪਿੰਡ ਜਿਆਦਾ ਚੰਗਾ ਚੰਗਾ ਲੱਗਣ ਲੱਗਿਆ ਉਸ ਤੋਂ ਬਾਅਦ ਹੂੰ ਪੜਿਆ ਲਿਖਿਆ ਵੱਧ ਸਮਝੋਂਣ ਲੱਗ ਪਿਆ ਅੱਛਾ ਪਿੰਡਵਾਰ ਤੱਕ ਚੱਲੂ ਫਿਰ ਮੇ ਕੋ ਪਹਿਲਾਂ ਵੀ ਬਹੁਤ ਗੱਲਾਂ ਨੇ ਬਿਲਕੁਲ ਪਰ ਤੁਸੀਂ ਜੋ ਪੁੱਛਣਾ ਹੈ ਉਹ ਪਹਿਲਾਂ ਉਹ ਪੁੱਛ ਲਓ ਬਿਲਕੁਲ ਮੈਨੂੰ ਸੀਗਾ ਵੀ ਜਾ ਕੇ ਆਪਾਂ ਸਿੱਧੀ ਗੱਲ ਤੋਰਾਂਗੇ ਵੀ ਮੂੰਹ ਪਾਸ਼ ਕਹਾਣੀ ਕੀ ਆ ਜਾਂ ਫਿਲਮ ਤੁਹਾਡੀ ਆ ਰਹੀ ਹੈ ਲਿਖੀ ਹੋਈ ਹੈ ਨਾ ਪਰ ਇਥੇ ਤੁਹਾਡੀਆਂ ਕਿਤਾਬਾਂ ਲੈਣ ਨਾ ਮੈਂ ਪੰਜਾਬ ਬੁੱਕ ਸੈਂਟਰ ਗਈ ਸੀਗੀ ਚੰਡੀਗੜ੍ਹ ਤਾਂ ਉੱਥੇ ਸੈਮੂਲ ਜੌਨ ਹੋਣੀ ਸੀਗੇ ਤੇ ਉਹ ਮੈਨੂੰ ਕਹਿੰਦੇ ਵੀ ਕਿਤਾਬਾਂ ਲੈ ਰਹੇ ਹੋ ਮੈਂ ਕਿਹਾ ਹਾਂਜੀ ਮੈਂ ਲੈ ਲੈਣੀ ਆ ਮੈਂ ਕਿਹਾ ਮੈਂ ਪੜਦੀ ਘਟ ਤਾਂ ਉਹਨਾਂ ਨੇ ਬੜੀ ਖੂਬਸੂਰਤ ਗੱਲ ਕਹੀ ਉਹ ਕਹਿੰਦੇ ਵੀ ਪੜਨਾ ਵੀ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਕਿਸੇ ਚੰਗੇ ਬੰਦੇ ਕੋਲ ਬੈਠ ਕੇ ਕੋਈ ਕੰਮ ਦੀ ਗੱਲ ਸੁਣ ਲੈਣੀ ਨਾ ਕੋਈ ਚੰਗੀ ਗੱਲ ਸੁਣ ਲੈਣ ਸੁਣ ਲੈਣੀ ਵੀ ਕਿਤਾਬ ਪੜਨ ਵਰਗਾ ਹੀ ਹੁੰਦਾ ਹੈ ਨਾ ਮੈਂ ਤੁਹਾਨੂੰ ਆਂਦੇ ਹੀ ਪੁੱਛਿਆ ਸੀਗਾ ਵੀ ਤੁਸੀਂ ਕੋਈ ਨੌਕਰੀ ਵੀ ਕੀਤੀ ਤੁਸੀਂ ਕਿਹਾ ਮੈਂ ਕਰਨੀ ਨਹੀਂ ਸੀ ਕਿਉਂਕਿ ਮੈਂ ਖੇਤੀ ਹੀ ਕਰਨੀ ਸੀਗੀ ਹਨਾ ਤੇ ਖੇਤੀ ਅੱਜ ਸਾਡੇ ਘਰਾਂ ਚੋਂ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ ਹਨਾ ਤਾਂ ਜੇ ਹੁਣ ਜਿਵੇਂ ਸਾਡੀ ਜਿਹੜੀ ਪੀੜ੍ਹੀ ਆ ਤੁਹਾਡੇ ਬੱਚੇ ਵੀ ਨਹੀਂਗੇ ਉਹ ਵੀ ਬਾਹਰ ਨਹੀਂ ਚਲੋ ਜਾਂ ਹੋਰ ਪਿੰਡ ਚ ਵੀ ਜਿਹੜੇ ਸਾਡੀ ਉਮਰ ਦੇ ਜਾਂ ਤੁਹਾਡੀ ਤੋਂ ਅਗਲੀ ਜਨਰੇਸ਼ਨ ਹੋਊਗੀ ਮੈਨੂੰ ਲੱਗਦਾ ਵੀ ਕੋਈ ਕਹਿੰਦਾ ਹੋਊਗਾ ਕਿ ਮੈਂ ਖੇਤੀ ਕਰਨੀ ਆ ਹਨਾ ਤੇ ਤੁਸੀਂ ਖੇਤੀ ਨੂੰ ਅਲੱਗ ਤਰ੍ਹਾਂ ਦੇ ਨਾਲ ਪ੍ਰਭਾਸ਼ਿਤ ਕਰਦੇ ਹੋ ਜੀ ਉਹਦੇ ਬਾਰੇ ਦੱਸੋ ਦੇਖੋ ਉਹਦਾ ਤਾਂ ਵੱਡਾ ਕਾਰਨ ਇਹ ਸੀ ਕਿ ਮੈਂ ਹੁਣ ਤਾਂ ਬਹੁਤ ਹੀ ਉਹ ਗੱਲ ਜਿਹੜੀ ਮੈਂ ਉਦੋਂ ਸੋਚੀ ਸੀ ਹੁਣ ਤਾਂ ਉਹ ਬਹੁਤ ਜ਼ਿਆਦਾ ਲਾਗੂ ਹੁੰਦੀ ਹੈ ਹੂੰ ਉਦੋਂ ਵੀ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਖੇਤੀ 'ਚ ਬੇਲ ਬਹੁਤ ਹੈ ਹੂੰ ਹਾਲਾਂਕਿ ਤੁਸੀਂ ਹੁਣ ਦੀ ਜਿਹੜੀ ਪੀੜ੍ਹੀ ਹੈ ਉਸ ਵੇਲੇ ਦੇ ਕੰਮਾਂ ਦਾ ਔਖਿਆਈ ਦਾ ਅੰਦਾਜ਼ਾ ਨਹੀਂ ਲਾ ਸਕਦੇ ਹੂੰ ਹੂੰ ਬਿਲਕੁਲ ਛਣੀ ਤੁਹਾਨੂੰ ਇੱਕ ਵਾਰ ਦੀ ਗੱਲ ਇਹ ਜੀਆਂ ਬਹੁਤ ਨੇ ਸੈਂਕੜੇ ਗੱਲਾਂ ਨੇ ਅੱਛਾ ਪਰ ਮੈਂ ਅਸਲ 'ਚ ਫਿਰ ਨੂੰ ਉਹਨਾਂ ਲੰਮਾ ਸਮਾਂ ਖੇਤੀ ਕੀਤੀ ਨਹੀਂ ਪੰਜ ਛੇ ਸਾਲ ਹੀ ਖੇਤੀ ਕੀਤੀ ਐ ਉਦੋਂ ਬਾਅਦ ਇੱਕ ਕੋਈ ਇਸ ਤਰ੍ਹਾਂ ਦਾ ਸਬੱਬ ਬਣਿਆ ਵੀ ਮੈਂ ਨਾ ਅਕੈਡਮੀ ਕਰ ਲਈ ਖਨੇ ਅੱਛਾ ਜੀ ਤੇ 10ਵੀਂ ਤੋਂ ਲੈ ਕੇ ਐਵੇਂ ਤੱਕ ਆਲੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰਤਾ ਠੀਕ ਹੈ ਉਹ ਵੀ ਵੈਸੇ ਹੀ ਸਬੱਬ ਬਣਿਆ ਮਤਲਬ ਮੈਂ ਕੋਈ ਅਕੈਡਮੀ ਕਰਨ ਬਾਰੇ ਸੋਚਿਆ ਨਹੀਂ ਸੀ ਹੂੰ ਤੇ ਮੈਂ 32 ਸਾਲ ਅਕੈਡਮੀ ਕੀਤੀ ਹੂੰ ਤੇ 32 ਸਾਲੇ ਸੋਚਦਾ ਰਿਹਾ ਵੀ ਮੇਰਾ ਮੈਨੂੰ ਜਾਨੀ ਉਹ ਕੰਮ ਕਦੇ ਆਉਣ ਲੱਗਿਆ ਨਹੀਂ ਵੀ ਮੈਂ ਇਹ ਕੋਈ ਕੰਮ ਕਰਦਾ ਹਾਂ ਹਾਲਾਂਕਿ ਉਹਨੇ ਬੜੇ ਚੰਗੇ ਨਤੀਜੇ ਦੇ ਉੱਤੇ ਮੇਰਾ ਪਰਿਵਾਰ ਪਾਲਿਆ ਅੱਛਾ ਜੀ ਖੰਨੇ ਚ ਪਹਿਲੀ ਅਕੈਡਮੀ ਸੀ ਉਸ ਤਰ੍ਹਾਂ ਦੀ ਤਾਂ ਖੇਤੀ 'ਚ ਜਿਹੜਾ ਵੇਹਲ ਸੀ ਨਾ ਹੁਣ ਤਾਂ ਬਹੁਤ ਜ਼ਿਆਦਾ ਹੈ ਇਹ ਮੈਨੂੰ ਅਟਰੈਕਟ ਕਰਦਾ ਹੈ ਅੱਛਾ ਜੀ ਵੀ ਬੰਦਾ ਆਰਾਮ ਨਾਲ ਸਾਰੀ ਦਿਹਾੜੀ ਬੈਠਾ ਪੜ ਸਕਦਾ ਹੈ ਹੈਨਾ ਬਿਲਕੁਲ ਤੇ ਤੁਸੀਂ ਉੱਥੋਂ ਕੰਮ ਲੱਗੇ ਹੋਏ ਹੋ ਮੰਨ ਲਓ ਵੀ ਤੁਹਾਨੂੰ ਇਹ ਕਿਹਾ ਗਿਆ ਵੀ ਤੁਸੀਂ ਅੱਜ ਕਣਕ ਨੂੰ ਪਾਣੀ ਲਾਉਣਾ ਹੈ ਨੱਕੇ ਛੱਟਣੇ ਨੇ ਹੂੰ ਹੁਣ ਉਹ ਮੋਟਰ ਚੱਲੀ ਜਾਂਦੀ ਹੈ ਹੂੰ ਹੂੰ ਪਰ ਉੱਥੇ ਵੀ ਬੜੀ ਇੱਕ ਅਜੀਬ ਗੱਲ ਹੋਈ ਹੈ ਹਨਾ ਕੋ ਮੈਨੂੰ ਸਵਾਦਾ ਹੁਣਾ ਵੀ ਮੈਨੂੰ ਹੁਣ ਵੀ ਜੇ ਮੈਂ ਚੱਲਦੀ ਮੋਟਰ ਕੋਲ ਬੈਠ ਮੈਂ ਜਾ ਕੇ ਤੇ ਪਾਣੀ ਡਿੱਗਦਾ ਉਹਦੀ ਆਵਾਜ਼ ਆਉਂਦੀ ਹੈ ਪਾਣੀ ਦਾ ਇੱਕ ਵੇਗ ਹੈ ਹਾਂ ਤੁਸੀਂ ਯਕੀਨ ਮੰਨਨੇ ਕਿ ਮੈਂ ਸਾਰੀ ਦਿਹਾੜੀ ਦੇਖ ਸਕਦਾ ਹਾਂ ਉਹਨੂੰ ਸਾਰੀ ਦਿਹਾੜੀ ਸੁਣ ਸਕਦਾ ਹਾਂ ਹੂੰ ਉਹ ਮੇਰਾ ਜੀ ਲਾ ਦਿੰਦਾ ਹੂੰ ਤੇ ਮੈਂ ਕੋਈ ਬੋਰ ਨਹੀਂ ਹੁੰਦਾ ਮੈਨੂੰ ਐਂ ਲੱਗਦਾ ਵੀ ਮੈਂ ਕਿਸੇ ਇੱਕ ਵੱਡੇ ਪਰਤਾਰੇ ਦਾ ਹਿੱਸਾ ਬਣਿਆ ਹੋਇਆ ਤੇ ਕੋਈ ਚੀਜ਼ ਨਾ ਵਾਪਰਦੀ ਦੇਖ ਰਿਹਾ ਮੇਰਾ ਖੇਤੀ ਜਾਂ ਬੜਾ ਜੀ ਲੱਗਦਾ ਸੀ ਹੈ ਨਾ ਹੂੰ ਤੁਸੀਂ ਮਤਲਬ ਜਿਵੇਂ ਮਿੱਟੀ ਜੋ ਧਾਣੇ ਹਟੇ ਆਏ ਤੇ ਪੰਜ ਸੱਤ ਦਿਨ ਬਾਅਦ ਗਏ ਹੂੰ ਤੇ ਉਹ ਮਤਲਬ ਜਿਵੇਂ ਅਲਵਾਨ ਸਿੰਘ ਵਿਰਕ ਕਹਿੰਦੇ ਨੇ ਵੀਰ ਕੌਣ ਇਹਨਾਂ ਨੂੰ ਰਾਤੋਂ ਰਾਤ ਦੱਸ ਗਿਆ ਵੀ ਤੁਸੀਂ ਇਕੱਠਿਆਂ ਨੇ ਨਿਕਲਣਾ ਹੂੰ ਉਹ ਸਾਰੇ ਇੱਕੋ ਜਿਹੇ ਰੰਗ ਦੇ ਇੱਕੋ ਜਿਹੇ ਕੱਦ ਦੇ ਆਮ ਤੌਰ ਤੇ ਬਿਲਕੁਲ ਹੈਨਾ ਇੱਕੋ ਜੀ ਦਿਖਦੇ ਰਾਤੋਂ ਰਾਤ ਨਿਕਲੇ ਆਏ ਉਹ ਕਹਿੰਦਾ ਵੀ ਕੌਣ ਇਹਨਾਂ ਨੂੰ ਦੱਸ ਗਿਆ ਇਹ ਗੱਲ ਹੂੰ ਮਤਲਬ ਇਹ ਜਿਹੜਾ ਅਚੰਭਾ ਖੇਤੀ ਚ ਬਿਲਕੁਲ ਹਾਂ ਇਹ ਤਾਂ ਖੈਰ ਮੈਨੂੰ ਬਾਅਦ ਵਿੱਚ ਮਹਿਸੂਸ ਹੋਇਆ ਮੈਂ ਤਾਂ ਉਹ ਨੌਵੀਂ ਚ ਸੀ ਜਦੋਂ ਮੈਂ ਇਹ ਫੈਸਲਾ ਕੀਤਾ ਅੱਛਾ ਜੀ ਕਿ ਵੀ ਆਪਾਂ ਤਾਂ ਪੜਨਾ ਹੀ ਹੈ ਪੜਦਾ ਮੈਂ ਬਹੁਤ ਪਹਿਲਾਂ ਤੇ ਮੈਂ ਦੂਜੀ ਤੀਜੀ ਤੋਂ ਹੀ ਲੱਗਿਆ ਹੋਇਆ ਪੜਨਾ ਹਾਂਜੀ ਮੇਰੇ ਫਾਦਰ ਬਹੁਤ ਪੜ੍ਹਦੇ ਹੁੰਦੇ ਹੂੰ ਲੋਕ ਕਾਮਾਂ ਵੀ ਬਹੁਤ ਸੀ ਜੀ ਬਹੁਤ ਜ਼ਿਆਦਾ ਕਾਮਾਂ ਸੀ ਅੱਛਾ ਜੀ ਤੇ ਵਿਦਵਾਨ ਬਹੁਤ ਸੀ ਹੂੰ ਤੇ ਉਹਦੀ ਤਾਂ ਫਿਰ ਜ਼ਿੰਦਗੀ ਬਹੁਤ ਮਤਲਬ ਬਹੁਤ ਹਾਰਡ ਲਾਈਫ ਹੁੰਦੀ ਜੀ ਹੂੰ ਅੰਦਰ ਜਿਹੜੇ ਬੰਦੇ ਨੂੰ 14 ਸਾਲ ਦੇ ਦਾ ਉਹ ਓਕੇ 14 ਸਾਲ ਦੇ ਹੋ ਕੇ ਇਹ ਪਤਾ ਲੱਗੇ ਵੀ ਆਹ ਮੇਰੇ ਮਾਂ ਬਾਪ ਖੈ ਨਹੀਂ ਜਿੱਥੇ ਮੈਂ ਰਹਿਣਾ ਹੂੰ ਜਾਏ ਮੇ ਇਹ ਮੇਰਾ ਪਿੰਡ ਹੈ ਨਹੀਂ ਇਹ ਮੇਰਾ ਘਰ ਹੈ ਨਹੀਂ ਹੂੰ ਤੇ ਅੱਗੇ ਜਿੱਥੇ ਜਦੋਂ ਘਰ ਚਾਵੇ ਤੇ ਉੱਥੇ ਮਤਲਬ ਲੋਕਾਂ ਨੇ ਪਟ ਲਿਆ ਹੋਵੇ ਟੋਹੇ ਪਾਏ ਹੋਣ ਲੁੱਟ ਲਿਆ ਹੋਵੇ ਹੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਮਰਿਆ ਤਾਂ ਮਤਲਬ ਉਹ ਬਹੁਤ ਪ੍ਰੋਮਿਨੈਂਟ ਬੰਦਾ ਉਹਨੂੰ ਮਤਲਬ ਸਾਡੇ ਵਾਲੇ ਦੇ ਵਾਲੇ ਦਲ ਦੇ ਪਿੰਡਾਂ ਪਿੰਡ ਜਾਣਦੇ ਹੋਣਗੇ ਤੇ ਸਾਰੇ ਬਾਬਾ ਕਹਿੰਦੇ ਸੀ ਅਛਾ ਜੀ ਨਾ ਤੇ ਉਹਨੂੰ ਪੜਨ ਦਾ ਬਹੁਤ ਸੀ ਹੂੰ ਉਹ ਹਰ ਵੇਲੇ ਪੜਦਾ ਰਹਿੰਦਾ ਸੀ ਮੈਂ ਵੀ ਹਰ ਵੇਲੇ ਪੜਦਾ ਰਹਿੰਦਾ ਨਾ ਪਰ ਉਹ ਉਹ ਜਿਸ ਤਰ੍ਹਾਂ ਦੀ ਵੀ ਜੇ 10 ਮਿੰਟ ਵੀ ਕਿਤੇ ਮਿਲਣੇ ਹੂੰ ਵੀ ਮੈਨੂੰ ਕੰਮ ਕਰਦੇ ਨੇ ਦਮ ਲੈਣਾ ਤਾਂ ਉਹ ਝੋਲਾ ਐਨਕ ਕੋਲ ਰੱਖਦਾ ਸੀ ਉਹ ਜਦੇ ਘਟ ਲੈਂਦਾ ਸੀ ਆਪਣੀ ਕਿਤਾਬ ਵੀ ਐਨਕ ਵੀ ਹੂੰ ਹਲੋ ਉਹ 10 ਮਿੰਟ ਵੀ ਨਹੀਂ ਪੈਂਦਾ ਅੱਛਾ ਜੀ ਹਾਂ ਮੈਂ ਮਨਿਆ ਕਰਦਾ ਹੁੰਦਾ ਹਾਂ ਵੀ ਜਦੋਂ ਮੈਂ 6ਵੀਂ 7ਵੀਂ ਚ ਹੋਇਆ ਤੇ ਖੇਤ ਜਾਂਦਾ ਸੀ ਤਾਂ ਸਾਡੇ ਦੋ ਝੋਲੇ ਹੁੰਦੇ ਸੀ ਅੱਛਾ ਇੱਕ ਮੇਰਾ ਇੱਕ ਬਾਪੂ ਦਾ ਮੇਰੀਆਂ ਮੇਰੇ ਕੋਲ ਕਿਤਾਬਾਂ ਦੀ ਹੂੰ ਉਹਦੀ ਆਉਂਦੇ ਕੋਲ ਹੁੰਦੀਆਂ ਸੀ ਤੇ ਉਹ ਅਕਸਰ ਕਹਿੰਦਾ ਸੀ ਯਾਰ ਵੀ ਤੁਸੀਂ ਆਪਣੀਆਂ ਕਿਤਾਬਾਂ ਨੂੰ ਪ੍ਰੇਮ ਨਹੀਂ ਕਰਦੇ ਆ ਦੇਖੋ ਅਸੀਂ ਮਤਲਬ ਰੁਮਾਲੇ ਚ ਲਪੇਟੀ ਹੋਈ ਹੈ ਹੈਨਾ ਛਿੱਟੀ ਵੱਡੀ ਗੱਲ ਤੇ ਤੁਸੀਂ ਆਹ ਮਤਲਬ ਉਹ ਜਲਦਾਂ ਲਈ ਫਿਰਦੇ ਹੋ ਹੂੰ ਤੇ ਮਾਨੂੰ ਕਹਿਣਾ ਵੀ ਇਹ ਤਾਂ ਹੁਣ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਲਈ ਫਿਰਦੇ ਹੋ ਹੂੰ ਨੰਨੇਵੇਂ ਗੁਰੂ ਗ੍ਰੰਥ ਸਾਹਿਬ ਦਾ ਇੱਥਾ ਨਹੀਂ ਹੈ ਭਰਤਰੀ ਏਰੀਆ ਲੇਕਿਨ ਇਹ ਵੀ ਮੈਂ ਰਮਾਲੇ ਚ ਉਹ ਜਿਹੜੀ ਵੀ ਕਿਤਾਬ ਮਤਲਬ ਵੈਦਿਕ ਦੀ ਕਿਤਾਬ ਵੀ ਉਹਦੀ ਰਮਾਲੇ ਚ ਲਪੇਟੀ ਹੁੰਦੀ ਸੀ ਅੱਛਾ ਜੀ ਹੂੰ ਤੇ ਹੋਗਣਾ ਵੀ ਤੁਸੀਂ ਪੜਦੇ ਹੋ ਤਾਂ ਕਿਤਾਬਾਂ ਨੂੰ ਪ੍ਰੇਮ ਨਹੀਂ ਕਰਦੇ ਤੂੰ ਤੁਸੀਂ ਤੁਹਾਡੇ ਪ੍ਰਤੀ ਤੁਹਾਡੇ ਅੰਦਰ ਇਹ ਨਾ ਪ੍ਰਤੀ ਸ਼ਰਧਾ ਨਹੀਂ ਹੈ ਜੀ ਹੂੰ ਤੇ ਇਸ ਲਈ ਉਹ ਫਿਰ ਉਹ ਤਾਂ ਮੇਰੇ ਉੱਥੋਂ ਆਈ ਹੈ ਖੇਤੀ ਤਾਂ ਮੈਂ ਇਸ ਲਈ ਕਰਨੀ ਸੀ ਪਰ ਉਸ ਵਾਅਬ ਉਧਰ ਬਣ ਗਿਆ ਹੂੰ ਤੇ ਉੱਥੇ ਵੀ ਫਿਰ ਮੈਂ ਆਪਣਾ ਬਹੁਤ ਮਤ ਕੇ ਥੋੜਾ ਜਿਹਾ ਗੁਜ਼ਾਰੇ ਜੁਗ ਦਾ ਹੀ ਕੰਮ ਕੀਤਾ ਬਾਕੀ ਕੰਮ ਪੜਨ ਲਿਖਣ ਤੇ ਹੀ ਲਾਇਆ ਟਾਈਮ ਹੂੰ ਮੇਰਾ ਅਗਲਾ ਸਵਾਲ ਤੁਹਾਡੇ ਪਿਤਾ ਜੀ ਨੂੰ ਲੈ ਕੇ ਸੀਗਾ ਕਿ ਸਿਰਨਾਥ ਤੇਜਾ ਸਿੰਘ ਹੋਰਾਂ ਬਾਰੇ ਸਾਨੂੰ ਦੱਸੋ ਕਿਉਂਕਿ ਇਹ ਵੀ ਗੱਲ ਬਹੁਤ ਖਿੱਚਦੀ ਆ ਵੀ 14 ਸਾਲ ਇੱਕ ਘਰ ਚ ਤੁਸੀਂ ਬਤਾਏ ਇੱਕ ਮਾਂ ਬਾਪ ਦਾ ਤੁਸੀਂ ਬੱਚਾ ਬਣ ਕੇ ਬਤਾਏ ਤੇ 14 ਸਾਲਾਂ ਬਾਅਦ ਤੁਹਾਨੂੰ ਪਤਾ ਲੱਗ ਰਿਹਾ ਕਿ ਨਾਹੀਂ ਤੁਸੀਂ ਇਸ ਮਾਂ ਬਾਪ ਦੀ اولاد ਹੋ ਤੇ ਨਾਹੀਂ ਤੁਸੀਂ ਇਸ ਪਿੰਡ ਦੇ ਵਾਸੀ ਹੋ ਉਹ ਕੀ ਕਹਾਣੀ ਸੀਗੀ ਉਹਨਾਂ ਦੀ ਉਹ ਅਸਲ ਚ ਤੁਸੀਂ ਉਹ ਦੀ ਜ਼ਿੰਦਗੀ ਦੀ ਪਹਿਲੀ ਕਹਾਣੀ ਵੀ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਹੀ ਲਿਖੀ ਸੀ ਹਾਂ ਉਹਨਾਂ ਦੀ ਜਿਹੜੀ ਪਹਿਲੀ ਜਿਹੜੀ ਮੈਂ ਪਹਿਲੀ ਕਹਾਣੀ ਲਿਖੀ ਸੀ ਨਾ ਉਹ ਉਹਨਾਂ ਦਾ ਆਪਣੇ ਸਹੁਰਿਆਂ ਦੇ ਪਰਿਵਾਰ ਨਾਲ ਜਿਹੜਾ ਉਹ ਪਰਿਵਾਰ ਸਾਹਮਣੇ ਉਹਨਾਂ ਨੇ ਉਹਦੇ ਬਾਰੇ ਸੀਗੀ ਹੈ ਨਾ ਉਹ ਮੈਂ ਛਾਪੀ ਨਹੀਂ ਕਿਤੇ ਪਾਣੀ ਘਾਟਣਾ ਡੋਬਈ ਹੂੰ ਤੇ ਅਸਲ 'ਚ ਇੱਥੇ ਨਾ 1907 ਅ 795 98 ਤੋਂ ਲੈ ਕੇ 12 13 ਤੱਕ ਇੱਥੇ ਪਲੇਗ ਸਾਡੇ ਇਲਾਕੇ 'ਚ ਪਈ ਅੱਛਾ ਜੀ ਉਹ ਵੱਡੀ ਪਲੇਗ ਸੀ ਸਾਰੇ ਹਿੰਦੁਸਤਾਨ 'ਚ ਪਈ ਸੀ ਉਹ ਹੂੰ ਤੇ ਉਹ ਐਵੇਂ ਆਉਂਦੀ 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 ਇੱਧਰ ਉੱਧਰ ਕਿਤੇ ਪਹਿਲਾਂ ਕਿਤੇ ਪਿੱਛੋਂ ਹੂੰ ਤੇ ਮੇਰੇ ਇੱਕ ਅੰਦਾਜ਼ੇ ਅਨੁਸਾਰ ਮੇਰੇ ਬਾਪੂ ਦਾ ਜਿਹੜਾ ਜਨਮ ਹੈ ਉਹ 2001 ਤੋਂ ਲੈ ਕੇ 3 ਦੇ ਵਿੱਚ ਵਿੱਚ ਕਿਤੇ ਸੀਗਾ 2000 ਸੌਰੀ 1900 1 ਤੋਂ 3 ਦੇ ਵਿੱਚ ਵਿੱਚ ਅੱਛਾ ਜੀ ਤਾਂ ਉਹ ਪਹਿਲਾਂ ਅਸੀਂ 2000 ਨੂੰ 1900 ਕਹੀ ਗਏ ਜਿਹੜੇ 1900 ਚੋਂ ਆਏ ਆ ਹਨਾ ਹੁਣ ਇਹਦਾ ਵਿਆਹ ਹੋ ਗਿਆ ਤਾਂ 1907 ਚ ਉਹਦੇ ਮਾਂ ਬਾਪ ਨਾ ਦੋਏ ਜੀ ਮਰ ਗਏ ਅੱਛਾ ਜੀ ਇੱਕੋ ਹੀ ਰਾਤ ਚ ਮਰ ਗਏ ਹੂੰ ਹੂੰ ਤੇ ਬੱਪੂ ਨੂੰ ਇਨਾਕ ਸੀ ਕਿ ਮੈਨੂੰ ਉਦੋਂ ਵੱਡੇ ਇੱਕ ਬਜ਼ੁਰਗ ਨੇ ਇੱਕ ਵਾਰੀ ਦੱਸਿਆ ਹੂੰ ਵੀ ਮੇਰੇ ਯਾਦ ਹੈ ਵੀ ਉਹਨਾਂ ਦੋਹਾਂ ਨੂੰ ਲਈ ਜਾਂਦੇ ਸੀ ਹੂੰ ਤੇ ਇਹ ਕਿਸੇ ਦੇ ਅ ਮੋਢਿਆਂ ਤੇ ਚੱਕਿਆ ਹੋਇਆ ਸੀ ਅੱਛਾ ਜੀ ਤੇ ਉਹ ਮੈਂ ਹੁੰਦਾ ਚੱਲ ਉਹਨਾਂ ਵੀ ਉਹ ਚਾਰ ਹੀ ਆ ਪੰਜ ਸਾਲ ਦਾ ਹੋਊਗਾ ਉਦੋਂ ਹੂੰ ਹੈਨਾ ਤੇ ਮੇਰ ਹੁੰਦਾ ਜਾਂਦਾ ਸੀ ਵਗਰ ਤੇ ਹੁਣ ਮੈਨੂੰ ਪਤਾ ਲੱਗਿਆ ਵੀ ਅਸਲ ਚ ਉਹਸ ਰਾਤ ਤਿੰਨ ਜੀ ਮਰੇ ਸੀ ਮੇਰੇ ਬਾਪੂ ਦਾ ਕੋਈ ਛੋਟਾ ਭਰਾ ਸੀ ਅੱਛਾ ਜੀ ਜਿਹੜਾ ساری ਰਾਤ ਆਪਣੇ ਇਹ ਹਨਮਨ ਜਿੱਤੇ ਪਿਆ ਹੁਣ ਆਪਣੀ ਮਾਂ ਨਾਲ ਪਿਆ ਸੀ ਛੋਟਾ ਸੀ ਹੂੰ ਉਹ ਉਦੋਂ ਥੋੜੇ ਦਿਨ ਬਾਅਦ ਮਰ ਗਿਆ ਅੱਛਾ ਜੀ ਤੇ 4 ਸਾਲ ਦਾ ਇੱਕ ਜਵਾਕ ਖਰਚ ਕੱਲਾ ਰਹਿ ਗਿਆ ਹੂੰ ਉਹਨੂੰ ਫੇਰ ਬਹੁਤ ਦਿਨਾਂ ਬਾਅਦ ਕਿਉਂਕਿ ਉਦੋਂ ਲੋਕ ਆਉਂਦੇ ਜਾਂਦੇ ਨਹੀਂ ਸੀ ਪਿੰਡ ਤਾਂ ਸਾਡਾ ਉਹ ਤੋਂ ਬਾਅਦ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਪਿੰਡੇ ਉੱਚੜ ਕੇ ਆ ਇੱਥੇ ਗੁਫਾ ਕਹਿੰਦੇ ਅਸੀਂ ਇਹ ਬਸ ਗਈ ਸੀ ਲੋਕ ਬਾਹਰ ਆ ਗਏ ਸੀ ਹੂੰ ਅਗਲੇ ਸਾਲ ਜਦੋਂ ਅਗਲੇ ਸਾਲ ਮੇਰੀ ਇੱਕ ਵੱਡੀ ਰਚਨਾ ਹੋਊਗੀ ਉਹ ਉਸ ਦੌਰ ਦੀ ਠੀਕ ਹੈ ਤਾਂ ਉਹ ਮੈਨੂੰ ਮੈਂ ਪਹਿਲਾਂ ਮੈਨੂੰ ਵੀ ਜਣੀ ਹੋਣੀ ਪਤਾ ਲੱਗਿਆ ਮੈਂ ਆਪਣੀ ਭੈਣ ਨਾਲ ਥੋੜੇ ਦਿਨ ਲੁਧਾਨੇ ਰਹਿੰਦੀ ਮੇਰੀ ਵੱਡੀ ਸਿਸਟਰ ਉਹਦੇ ਨਾਲ ਗੱਲਾਂ ਕੀਤੇ ਤਾਂ ਤਾਂ ਮੈਨੂੰ ਵੀ ਹੁਣ ਇਸ ਗੱਲ ਦਾ ਪਤਾ ਲੱਗਿਆ ਵੀ ਉਹ ਜਿਹੜੀ ਲੈ ਕੇ ਗਈ ਸੀ ਨਾ ਉਹ ਕੋਈ ਬਾਪੂ ਦੀ ਘਰਾਂ ਚੋਂ ਭੂਆ ਸੀਗੀ। ਅੱਛਾ ਜੀ। ਮਾਨੂੰ ਪਰ। ਅੱਛਾ ਜੀ। ਤੇ ਉਹ ਜਦੋਂ ਲੈ ਗਈ ਹੂੰ ਪਿੰਡ ਫੇਰ ਬਸ ਗਿਆ ਲੋਕ ਆ ਗਏ ਘਰਾਂ ਚ। ਹੂੰ ਜਿੰਦਾ ਜੁੰਦਾ ਲੱਗਿਆ ਹੋਇਆ ਸੀ ਘਰ ਨੂੰ। ਤਾਂ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਪਈ। ਹੂੰ ਵੀ ਮੰਨ ਲਓ ਕੜਾ ਕੜਾਹੀ ਲੈਣੀ ਐ ਹੂੰ ਹੂੰ ਬਤਿਲੀ ਲੈਣੀ ਆ ਉਹਨੇ ਚਾਬੀ ਲਈ ਬਤਿਲੀ ਲੈ ਗਿਆ ਨਾਲ ਕੁਝ ਹੋਰ ਲੈ ਗਿਆ ਹੂੰ ਤੇ ਹੌਲੀ ਹੌਲੀ 10 15 ਬੀਹਾਂ ਦਿਨਾਂ ਚ ਲੋਕਾਂ ਨੇ ਉਹ ਘਰ ਸਾਰਾ ਲੁੱਟ ਲਿਆ ਖਾਲੀ ਕਰ ਲਿਆ ਹੂੰ ਫੇਰੇ ਹੋ ਗਿਆ ਵੀ ਇੱਥੇ ਕਿਹੜਾ ਕਿਸੇ ਨੇ ਆਉਣਾ ਹੈ ਹੂੰ ਉਹ ਘਰ ਅਗੇ ਕੱਟੇ ਹੁੰਦੇ ਸੀ ਮਿੱਟੀ ਬਾਹਰੋਂ ਲੈ ਕੇ ਆਉਣੀ ਪੈਂਦੀ ਸੀ ਹੂੰ ਸਾਡੋਂ ਬਹੁਤ ਦੂਰ ਹੈ ਰੂੜੀ ਵਾਲਾ ਕਹਿੰਦੇ ਨੇ ਉਹਨੂੰ ਜਿੱਥੋਂ ਮਿੱਟੀ ਲੈ ਕੇ ਆਉਂਦੇ ਹੁੰਦੇ ਸੀ ਦੋ ਥਾਂ ਤੋਂ ਮਿੱਟੀ ਲੈ ਕੇ ਆਉਂਦੇ ਸੀ ਇੱਕ ਉਥੋਂ ਇੱਕ ਜਿੱਥੋਂ ਤੁਸੀਂ ਰਤਨਹੜੀ ਲੰਘ ਕੇ ਔਰਲੇ ਪਾਸੇ ਮੁੜੇ ਉਹਦੇ ਖੱਬੇ ਹੱਥ ਮਟਿਆਨੇ ਹੁੰਦੇ ਸੀ ਹਾਂਜੀ ਠੀਕ ਹੈ ਅਜੇ ਵੀ ਖਾਵੇ ਕਹਿੰਦੇ ਆ ਸੀ ਉਹਨਾਂ ਨੂੰ ਤਾਂ ਉਹ ਫਿਰ ਜਿਹਨੂੰ ਲੋੜ ਸੀ ਉਹਨੇ ਮਿੱਟੀ ਸਾਡੇ ਘਰੋਂ ਹੀ ਵਟ ਲਈ ਅੱਛਾ ਭਗਤ ਬਾਰੀਆਂ ਲੈ ਕੇ ਲੋਕ ਹੂੰ ਤੇ ਮਤਲਬ ਮੈਂ ਜਿਹੜੇ ਜਿਹੜਾ ਮੈਂ ਘਰ ਚ ਪਲੇ ਆ ਉਹ ਜਣੀ ਐ ਉਹਦੇ ਉਧੋਂ ਤਿੰਨ ਲੇਅਰਸ ਸੀਗੀਆਂ ਅੱਛਾ ਜੀ ਪਹਿਲਾ ਬਾਪੂ ਨੇ ਮੜਾ ਮੋਟਾ ਪਰਤ ਪਾ ਕੇ ਉੱਚਾ ਕੀਤਾ ਹੋਇਆ ਸੀ ਹੂੰ ਉਦੋਂ ਹੀਠ ਵਾਲਾ ਉਦੋਂ ਫੁੱਟ ਨੀਵਾ ਸੀ ਹੂੰ ਉਦੋਂ ਫੇਠ ਹੀਠ ਵਾਲਾ ਉਦੋਂ ਫਿਰ ਹੋਰ ਤੋਂ ਫੁੱਟ ਨੀਵਾ ਸੀ ਅੱਛਾ ਜੀ ਮਤਲਬ ਜਦੋਂ ਬਾਪੂ ਬਾਪੂ ਪਹਿਲੀ ਵਾਰ ਆਇਆ ਘਰ ਮੇਰੀ ਬੇਬੇ ਆਈ ਉਹ ਚਾਰ ਚਾਰ ਫੁੱਟ ਦੇ ਕੋਏ ਸੀਗੇ ਉੱਤੇ ਅੱਛਾ ਜੀ ਜਮੈਂ ਹੋਰ ਕੁਝ ਨਹੀਂ ਪਰ ਉਹ ਲੰਮੀ ਕਹਾਣੀ ਆ ਪਰ ਉਹਨੇ ਫਿਰ ਜ਼ਿੰਦਗੀ ਐਵੇਂ ਜਿਉਈ ਤੇ ਬਹੁਤ ਸਖਤ ਜ਼ਿੰਦਗੀ ਜਿਉਈ ਮੇਰੇ ਬੇਬੇ ਬਾਪੂ ਚੰਗੇ ਬਹੁਤ ਬੜੇ ਸੀ ਤੇ ਪੜਨ ਦੀ ਉਹਨੂੰ ਮੈਨੂੰ ਪਤਾ ਵੀ ਕਿੱਥੋਂ ਉਹਨੂੰ ਪੜਨਾ ਮਤਲਬ ਚिटਕ ਲੱਗੀ ਇਹ ਪਰ ਉਹ ਲੰਮੀ ਕਰਨ ਲਾ ਪਰ ਉਹ ਪੜਦਾ ਆਖਰ ਤੱਕ ਰਿਹਾ ਤੇ ਉਹਦੀ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਉਹਨ ਮਗਰੋਂ 7-8 ਸਾਲ ਮਾਪ ਮੇਰਾ ਸ਼ਰੀਰ ਦਾ ਭਾਰ ਭਾਰੀ ਸੀ ਬਹੁਤ ਪਰਮਾਨ ਰਹਾ ਹੋ ਕਿਸੇ ਵੇਲੇ ਇਹ ਹੁਣ ਵੀ ਸਾਡੇ ਇਹ ਮਤਲਬ ਇਹ ਜਗ ਕਰ ਰਿਹਾ ਵੀ ਆਹ ਲਾਇਬ੍ਰੇਰੀ ਆ ਉਹਦੇ ਨਾਲ ਜਿਮ ਹੈ ਇਹ ਮੁੰਡਾ ਸਾਡਾ ਜਿਮ ਦਾ ਸ਼ੀਨ ਹੈ ਵੀ ਬਾਪੂ ਤਕੜਾ ਵੀ ਸੀ ਵਿਦਵਾਨ ਵੀ ਬਹੁਤ ਸੀ ਤੇ ਉਹਨੇ ਮੇਰੇ ਕਿਸੇ ਵਿਦਿਆਰਥੀ ਨੂੰ ਉਹ ਨਾ ਮੰਜੇ ਤੇ ਪਿਆ ਰਿਹਾ 7-8 ਸਾਲ ਮੇਰੇ ਇੱਕ ਵਿਦਿਆਰਥੀ ਨੂੰ ਕਿਤੇ ਕੰਪੀਟੀਸ਼ਨ ਤੇ ਲੋੜ ਪਈ ਮੈਨੂੰ ਉਹਨੇ ਕਿਹਾ ਵੀ ਆਹ ਲਿਖ ਕੇ ਦੇ ਉਹ ਮੇਰੇ ਯਾਦ ਆਇਆ ਵੀ ਪਹਿਣੋਂ ਕੰਪੀਟੀਸ਼ਨ ਜਿੱਤਣ ਚ ਕੀ ਹੁੰਦਾ ਮੈਂ ਬਹੁਤ ਜਿੱਤੇ ਨੇ ਹੂੰ ਇੰਨੇ ਦਿਨ ਪੜਦਾ ਰਿਹਾ ਤੇ ਮੈਨੂੰ ਪਤਾ ਵੀ ਉਹਦੀ ਆਹ ਟੈਕਨੀਕ ਹੀ ਹੁੰਦੀ ਹੈ ਜਵੇਂ ਨੰਬਰ ਲਾਈਨ ਦੀ ਟੈਕਨੀਕ ਹੁੰਦੀ ਹੈ ਇੱਕ ਹੂੰ ਹੂੰ ਇਮਤਿਹਾਨ 'ਚ ਮੈਨੂੰ ਉਹ ਕਦੇ ਨਹੀਂ ਆਈ ਮੈਨੂੰ ਕਦੇ ਲੋੜ ਵੀ ਮਹਿਸੂਸ ਨਹੀਂ ਹੋਈ ਮੈਂ ਤਾਂ ਜੇ ਨੰਬਰ 50% ਵੀ ਕਦੇ ਆ ਗਏ ਤਾਂ ਮੈਨੂੰ ਅਫਸੋਸ ਹੋਇਆ ਵੀ ਯਾਰ ਇਹ 33% ਤਾਂ ਤੇ ਉਹ ਮੈਂ ਕਿਹੜਾ ਜੌਬ ਕਰਨੇ ਸੀ ਬਾਕੀ ਦੇ 17% ਜਿਹੜਾ ਜੋਰ ਲੱਗਿਆ ਬੰਦਾ ਕੋਈ ਹੋਰ ਪੜ ਲੈਂਦਾ ਉਹਨੇ ਸਮੇਂ ਚ ਹੂੰ ਤੇ ਉਹ ਬੰਦਾ ਕਦੇ ਪਰਤ ਨਹੀਂ ਹਰੀਦਾ ਕੁਝ ਲਿਖਦੇ ਆ ਅੱਛਾ ਤੇ ਉਹ ਤੋਂ ਬਾਅਦ ਉਹ ਖਾਸੀਆਂ ਗੱਲਾਂ ਭੁੱਲਣ ਲੱਗ ਗਿਆ ਸੀ ਦੁੱਧ ਵੀ ਕੇ ਭੁੱਲ ਜਾਂਦਾ ਸੀ ਅੱਛਾ ਬੰਦਿਆਂ ਦੇ ਨਾਂ ਭੁੱਲਣ ਲੱਗ ਗਿਆ ਸਾਡੇ ਤਾਂ ਯਾਦ ਰੱਖੇ ਉਹਨੇ ਪਰ ਉਹ ਭੁੱਲ ਜਾਂਦਾ ਸੀ ਬੰਦਿਆਂ ਨੂੰ ਤੂੰ ਨੂੰ ਮੈਂ ਕਹ ਰਿਹਾ ਨਾ ਕਿ ਪਰਥਰੀ ਹਰੀ ਦਾ ਕੋਈ ਸਨਾਹ ਜੀ ਦੇ ਕੋਈ ਇਹੋ ਜਿਹੇ मीनिंग ਦੇ ਨਿਕਲਦੇ ਹੋ ਹੂੰ ਤੇ ਉਹ ਮੈਂ ਦੋ ਤਿੰਨ ਵਾਰ ਸਮਝਾਉਂਦਾ ਰਿਹਾ ਤੇ ਉਹਦੇ ਨਾਲ ਗੱਲ ਸਮਝ ਨਹੀਂ ਆਈ ਅੱਛਾ ਉਹ ਮਨ ਗਵਰੀ ਹੈ ਤਾਂ ਨਹੀਂ ਮੈਨੂੰ ਪਤਾ ਲੱਗਿਆ ਹੂੰ ਵੀ ਚਲ ਮੈਂ ਤੈਨੂੰ ਉਹਦੇ ਨੀਤੀ ਸ਼ਤਕ ਚੋਂ ਸੁਣਾ ਦਿੰਦਾ ਕੋਈ ਸਾਲ ਤੂੰ ਆਪਣੇ ਕੰਮ ਦਾ ਲੈ ਲਈ ਹੂੰ ਪੰਦਾ ਸੋਚ ਨਹੀਂ ਸਕਦਾ ਵੀ ਉਹਦੀ ਉਮਰ 94-95 ਸਾਲ ਦੀ ਹੋਊਗੀ ਉਹ ਲਗਭਗ 100 ਸਾਲ ਦਾ ਹੋ ਕੇ ਮਰਿਆ ਅੱਛਾ ਜੀ ਅਸੀਂ ਫੜ ਕੇ ਬਿਠਾਉਂਦੇ ਸੀ ਉਹਨੂੰ ਹੂੰ ਫੜ ਕੇ ਬਿਠਾਇਆ ਉਹ ਪੇਟੀ ਜੀ ਹੁੰਦੀ ਸੀ ਉਹਦੇ ਨਾਲ ਢੂਲਾ ਲਵਾਤੀ ਉਹਦੀ ਔਰ ਚਾਈ ਜੀ ਦੇ ਕੇ ਬਹਿ ਗਿਆ ਉਹ ਬੋਲਣ ਲੱਗ ਗਿਆ ਤੇ ਉਹਨੇ ਪ੍ਰਥਵੀ ਹਰੀ ਦਾ ਸਾਰਾ ਨੀਤੀ ਸ਼ਤਕ ਬੋਲਤਾ ਅੱਛਾ ਜੀ ਉਹਨੂੰ ਪ੍ਰਥਵੀ ਦੇ ਤਿੰਨੇ ਸ਼ਤਕ ਪ੍ਰਥਵੀ ਦੇ ਤਾਂ ਬਹੁਤ ਵੱਡਾ ਵਿਦਵਾਨ ਸੀ ਉਹ ਹੂੰ ਚਲੋ ਗੁਰਗਨਾਥ ਸਤੋ ਹਰ ਵੇਲੇ ਪੜ੍ਹਦਾ ਰਹਿੰਦਾ ਜੀ ਅੱਛਾ ਤੇ ਉਹ ਬੋਲਦਾ ਉਹਨੂੰ ਚਲੋ ਉਹਦੇ ਚੋਂ ਮੈਂ ਕੱਢ ਲਿਓ ਮੇਰੇ ਅਜੇ ਵੀ ਉਹ ਸ਼ਲੋਕ ਜਾਤ ਹੈ ਜਿਹੜਾ ਅਸੀਂ ਸਿਲੈਕਟ ਕੀਤਾ ਹੈ ਨਾ ਆਲਸਸ ਸਿਆ ਕਤੋ ਵਿਦਿਆ ਵਿਦਸਿਆ ਕਤੋ ਦਨੋ ਅਧਾਨਸਿਆ ਕਤ ਮਿੱਤਰ ਮਮਿੱਤਰਸਿਆ ਕਤੋ ਬੇਨੋ ਹੈ ਨਾ ਤੇ ਉਹਦਾ ਫਿਰ ਕੋਈ ਅੰਸ਼ ਪੜਾਈ ਦਾ ਮੇਰੇ ਚ ਆਇਆ ਹੋਇਆ ਤੇ ਉਹ ਹੁਣ ਕਿਵੇਂ ਉਹਨੇ ਇੰਨੀ ਮਿਹਨਤ ਕੀਤੀ ਲੋਕਾਂ ਦੀਆਂ ਕਿਸ ਤਰ੍ਹਾਂ ਦੀਆਂ ਚਾکریاں ਕੀਤੀਆਂ ਸਾਡੀ ਸਾਰੀ ਜ਼ਮੀਨ ਧਰੀ ਹੋਈ ਸੀ ਉਹਨੇ ਚੜਾਈ ਤੇ ਫਿਰ ਉਹਨੇ ਪਿੰਡ ਦਾ ਇੰਨਾ ਕੰਮ ਕੀਤਾ ਮਤਲਬ ਮਰਨ ਤੋਂ ਬਾਅਦ ਵੀ ਪ੍ਰਧਾਨ ਰਹਾ ਮੰਦਿਰ ਦਾ ਤੇ ਗੁਰਦੁਆਰੇ ਦਾ ਮਰਨ ਤੋਂ ਬਾਅਦ ਵੀ ਬਾਅਦ ਵੀ 10 ਸਾਲ ਤੱਕ ਰਹਾ ਉਹ ਅੱਛਾ ਜੀ ਤੇ ਉਹਦੇ ਮਰਨ ਤੋਂ 10-12 ਸਾਲ ਤੱਕ ਵੀ ਪਿੰਡ 'ਚ ਕੋਈ ਜਗ੍ਹਾ ਨਹੀਂ ਸੀ ਹੁਣ ਵੀ ਬਹੁਤੀਆਂ ਨੇ ਜਿੱਥੇ ਮਤਲਬ ਕੋਈ ਏਟ ਲੱਗੀ ਹੋਵੇ ਤੇ ਉਹਨੂੰ ਤੇਜਾ ਜਿਹਾ ਹੱਥ ਨਾ ਲੱਗਿਆ ਹੋਵੇ ਉਹ ਸਾਰਾ ਕੰਮ ਕਰਦੇ ਕਰਦੇ ਨਾਲ ਕੰਮ ਕਰਦਾ ਸੀ ਹੂੰ ਤੂੰ ਸਿੱਖਣ ਨੂੰ ਬਹੁਤ ਮਿਲਿਆ ਚੀਜ਼ਾਂ ਦੇ ਕੋਹ ਮੈਂ ਉਹਦੀ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣਾ ਜ਼ਰੂਰ ਜ਼ਰੂਰ ਹੂੰ ਤੇ ਪਤਾ ਨਹੀਂ ਤੁਹਾਡਾ ਕਿੰਨਾ ਟਾਈਮ ਹੈ ਮੈਂ ਨਹੀਂ ਨਹੀਂ ਅਸੀਂ ਗੱਲਾਂ ਸੁਣਨੀ ਆਏ ਆ ਸਾਡੇ ਨਾ ਮੰਦਰ ਉਹਨੇ ਸਵਾਰਿਆ ਹੋਇਆ ਹੈ ਹੂੰ ਤੇ ਜੇ ਦੇਖੇਂਗੇ ਸਾਡਾ ਮੰਦਰ ਬਹੁਤ ਸੋਹਣਾ ਤੇ ਸਾਡਾ ਪਿੰਡ ਸਾਡੇ ਕੋਈ ਮਤਲਬ ਇਹ ਬਹੁਤ ਮਾੜੀ ਗੱਲ ਹੈ ਮੈਂ ਇਸੇ ਲਈ ਕਹਿੰਨਾ ਕਿ ਪੰਜਾਬ ਦੇ ਪਿੰਡਾਂ ਚੋਂ ਨਾ ਰੰਗ ਮੁੱਕ ਗਏ ਹੂੰ ਹੁਣ ਜੇ ਜਦੋਂ ਆ ਆਉਂਦੇ ਨੇ ਕੋਈ ਬਿਹਾਰੀ ਬਸਣ ਲੱਗੇ ਨੇ ਹੂੰ ਇਹ ਨੂੰ ਬਹੁਤ ਤਰ੍ਹਾਂ ਦੇਖਿਆ ਜਾ ਸਕਦਾ ਹੈ ਗੱਲ ਨੂੰ ਹਾਂਜੀ ਪਰ ਮੈਨੂੰ ਮਤਲਬ ਇਹ ਲੱਗਦਾ ਵੀ ਯਾਰ ਪਿੰਡਾਂ ਚ ਜਿਹੜਾ ਕਿਸਮ ਕਿਸਮ ਦੇ ਲੋਕ ਨੇ ਜਿਹੜੇ ਹੁਣ ਤੁਹਾਨੂੰ ਦਿਸ ਰਹੇ ਨੇ ਅਟ ਭਾਸ਼ਾ ਦਿਸਦੀ ਆਂ ਬੰਦੇ ਦੇਖਦੇ ਨੇ ਅਟ ਕਲਚਰ ਦਿਸਦਾ ਇੱਕ ਇੱਕ ਮਤਲਬ ਤੁਹਾਨੂੰ ਸੱਚਮੁੱਚ ਉਹਦੇ ਗੁਲਦਸਤੇ ਵਾਂਗ ਪਿੰਡ ਦੇ ਸਣ ਲੱਗਿਆ ਹੋਇਆ ਹੈ ਬਿਲਕੁਲ ਤੇ ਜਦੋਂ ਇੱਥੇ ਸਾਡੇ ਬ੍ਰਾਹਮਣਾਂ ਦੇ ਘਰ ਹੁੰਦੇ ਸੀ ਹੂੰ ਉਹਨਾਂ 84 ਤੋਂ ਬਾਅਦ ਪੰਜਾਬ 'ਚ ਬਿਲਕੁਲ ਹਾਂ ਸਾਡੇ ਪਿੰਡੋਂ ਚਲੇ ਗਏ ਸਾਰੇ ਇੱਕੋ ਹੀ ਬ੍ਰਾਹਮਣਾਂ ਦਾ ਮੁੰਡਾ ਹੈ ਅੱਛਾ ਜੀ ਤੇ ਉਹ ਬਹੁਤਾ ਕੁੰਮਦਰ ਜਾਂਦਾ ਨਹੀਂ ਹੂੰ ਉਹ ਮਤਲਬ ਝੱਟਾਂ ਤੋਂ ਵੀ ਵੱਧ ਝੱਟਾ ਹੈ ਅੱਛਾ ਜੀ ਤੇ ਸਾਰੇ ਸੰਭਾਲ ਕਰਦੇ ਨੇ ਸਾਡੇ ਮਤਲਬ ਤੁਸੀਂ ਜੇ ਮੰਦਿਰ ਦੇਖੇਂਗੇ ਉਹ ਬੰਦਾ ਹੈਰਾਨ ਹੋਊਗਾ ਵੀ ਜਿਵੇਂ ਇਹਦਾ ਟਰਸਟ ਬਣਿਆ ਹੋਊਗਾ ਹੂੰ ਤੇ ਮੈਂ ਮਜ਼ਾਕ 'ਚ ਕਹਿਣਾ ਹੁੰਦਾ ਵੀ ਜਦੋਂ ਅਸੀਂ ਪੁੱਤ ਮੰਗਣਾ ਜਾਂ ਇਹ ਬੇਨਤੀ ਕਰਨੀ ਆ ਵੀ ਬਾਬਾ ਸਾਡੇ ਦਾ ਕੈਨੇਡਾ ਵੀਜ਼ਾ ਲੱਗ ਜਾਵੇ ਮੁੰਡੇ ਦਾ ਕੁੜੀ ਦਾ ਹੂੰ ਉਦੋਂ ਅਸੀਂ ਖੰਡ ਪਾੜ ਸੁਖਦੇ ਹਾਂ ਹੂੰ ਹੂੰ ਪਰ ਜੇ ਮੀ ਨਾ ਪਵੇ ਫੇਰ ਸਾਡਾ ਭਰੋਸਾ ਅਜੇ ਵੀ ਸ਼ਿਵਜੀਤ ਰਿਹਾ ਹੈ ਹੈ ਅਸੀਂ ਉੱਤੇ ਉੱਥੇ ਹਵਨ ਕਰਾਉਨੇ ਆ ਉੱਤੇ ਜੱਗ ਕਰਦੇ ਆ ਹੂੰ ਹੂੰ ਜਨਮਾਸ਼ਮੀ ਕਰਨੀ ਜਿੰਨੀ ਮਨਾਉਨੇ ਆ ਅਸੀਂ ਹੂੰ ਰਾਮ ਨੌਮੀ ਮਨਾਉਨੇ ਆ ਸਾਡੇ ਪਹਿਲਾਂ ਤਾਂ ਜਿੰਨੀ ਦੇ ਇੱਥੇ ਦਾਦਾ ਰਹਾ ਸਾਡਾ ਦਾਦਾ ਹੀ ਕਹਿੰਦਾ ਸੀ ਇਹ ਤਾਂ ਬ੍ਰਾਹਮਣ ਅੱਛਾ ਜੀ ਪੂਜਾ ਕਰਦੇ ਸੀ ਉੰਨੀ ਦੇਰ ਤਾਂ ਪਾਠਸ਼ਾਲਾ ਤੋਂ ਲਿਆ ਕੇ ਅਸੀਂ ਪਾਠ ਕਰਦੇ ਰਹੇ ਰਮਾਇਣ ਦਾ ਹੂੰ ਉਹ ਵੀ ਇੱਕ ਬੜੀ ਇੰਟਰਸਟਿੰਗ ਗੱਲ ਹੈ ਹੂੰ ਤੇ ਸਵੇਰੇ ਨਾ ਦਮ ਬਹੁਤ ਜਲਦੀ ਉੱਠ ਖੜਦਾ ਏ ਅੱਛਾ ਚਲ ਮੈਂ ਉੱਠਿਆ ਮੈਨੂੰ ਕਹਿੰਦਾ ਯਾਰ ਆਪਾਂ ਮੈਂ ਵੀ ਕੁਝ ਪੜ੍ਹਨ ਨੂੰ ਉੱਠ ਖੜਿਆ 4 ਵਜੇ ਜਾਂ ਸ਼ਾਇਦ ਖਿਲਾੜੀ ਜੋੜਨੀ ਏ ਕੋਈ ਕੋਈ ਖੇਤ ਜੇ ਜਾਣਾ ਹੋਊਗਾ ਪਤਾ ਨਹੀਂ ਹੂੰ ਉਹ ਮੈਨੂੰ ਕਹਿੰਦਾ ਯਾਰ ਮੜ ਜਾ ਮੰਦਿਰ ਜਾ ਕੇ ਆਉਣਾ ਆਪਾਂ ਨੇ ਮੈਂ ਜਾਇਆ ਹੁੰਦਿਆਂ ਵੀ ਕੀ ਗੱਲ ਉਹ ਕਹਿੰਦਾ ਪਤਾ ਕਰਦਾ ਵੀ ਰਾਤ 1.5 ਵਜੇ ਪਾਠ ਕੌਣ ਕਰਦਾ ਸੀ ਅੱਛਾ ਅਸੀਂ ਗਏ ਉਹ ਕਹਿੰਦੇ ਵੀ ਉਹ ਤਾਂ ਵਿਦਿਆਰਥੀ ਆਇਆ ਸੀ ਤੇ ਉਹ ਚਲਿਆ ਗਿਆ ਹਮ ਖੰਨੇ ਪਾਠਸ਼ਾਲਾ ਸਾਡੇ ਸਾਡੇ ਬੰਦ ਅਸਲ ਚ ਸਾਦਾ ਦਾ ਪਿੰਡ ਹੈ ਇੱਥੇ ਸਾਦਾ ਨੰਦੇ ਸੀ ਅੱਛਾ ਜੀ ਤੇ ਜਿਹੜੇ ਗੁਰੂ ਜੀ ਦੀ ਇੱਥੇ ਸਮਾਧੀ ਹੈ ਹਮ ਉਹਦੇ ਚੇਲੇ ਦੀ ਉਹ ਮਤਲਬ ਸਭ ਤੋਂ ਵੱਡੀ ਸਮਾਧੀ ਹੈ ਜਿਸ ਸਮਾਧੀ ਨੂੰ ਕਹਿੰਦੇ ਨੇ ਜਿਹੜੀ ਤੁਸੀਂ ਆਏ ਹੋ ਖੰਨੇ ਉਹ ਅੱਛਾ ਜੀ ਠੀਕ ਹੈ ਤੇ ਉਹ ਸਾਡੇ ਪਿੰਡ ਦੀ ਹੈ ਹਮ ਤਾਂ ਉਹ ਉੱਥੋਂ ਵਿਦਿਆ ਪਾਟਸ਼ਾਲਾ ਹੈ ਮਤਲਬ ਹਿੰਦੁਸਤਾਨ ਦੀਆਂ ਪਹਿਲੀਆਂ ਵੱਡੀਆਂ ਸੰਸਕ੍ਰਿਤ ਦੀਆਂ ਪਾਟਸ਼ਾਲਾ ਚੋਂ ਇੱਥੇ ਆ। ਅੱਛਾ ਜੀ। ਤੇ ਉਹ ਕਹਿੰਦੇ ਵੀ ਉਹ ਤਾਂ ਵਿਦਿਆਰਥੀ ਆਇਆ ਸੀ ਤੇ ਚਲੇ ਗਿਆ। ਮੈਂ ਵਾਪਸ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ? ਉਹ ਕਹਿੰਦਾ ਯਾਰ ਰਾਤ ਉਹ ਫਲਾਣਾ ਮਤਲਬ ਪੜਦਾ ਸੀ ਹਿੱਸਾ ਰਮਣ ਦਾ। ਤੇ ਉਹ ਨਾ ਤੁਲਸੀ ਦੇ ਸ਼ਲੋਕ ਗਲਤ ਬੋਲਦਾ ਸੀ। अच्छा तो ਤੁਸੀਂ ਹੈਰਾਨ ਹੋਵੋਗੇ ਉਹ ਉਹਦੇ ਇਹ ਗੱਲ ਯਾਦ ਰਹੀ ਤੇ ਡੇਢ ਤੋਂ ਮਹੀਨੇ ਬਾਅਦ ਅਸੀਂ ਖੰਨੇ ਗਏ ਹੂੰ ਉਹ ਉਥੇ ਗਿਆ ਵਿਦਿਆਰਥੀ ਨੂੰ ਲੱਭ ਕੇ ਹੂੰ ਪ੍ਰਿੰਸੀਪਲ ਨਾਲ ਬੈਠ ਕੇ ਹੂੰ ਉਹਦੀ ਉਹ ਗੱਲ ਠੀਕ ਕਰਕੇ ਆਇਆ اچھا ਪ੍ਰਿੰਸੀਪਲ ਕਹੇ ਨਹੀਂ ਠੀਕ ਹੈ ਬੋਲੇ ਆਪੂ ਗੈਲਤ ਬੋਲਿਆ ਨੇ ਆ ਬਾਲਮੀਕ ਦੀ ਰਮਾਂ ਉਹਦੇ ਚ ਆਇਆ ਹੋਇਆ ਹੈ ਹੂੰ ਤਾਂ ਹੁਣ ਇਹ ਜਿਹੜੀ ਪਤਾ ਨਹੀਂ ਮਤਲਬ ਉਹਨੇ ਕਿੰਨਾ ਪ੍ਰਾਪਤ ਕੀਤਾ ਹਾਂ ਪਰ ਉਹ ਨੂੰ ਇਹ ਹਿੰਦੂ ਧਰਮ ਦਾ ਬਹੁਤ ਜਿਆਦਾ ਵੈਸੇ ਹੂੰ ਉਹ ਉਹ ਐ ਨਹੀਂ ਸੀ ਵੀ ਮਥਾਡੇ ਕਿ ਮੇ ਗੁਰਦੁਆਰੇ ਆਇਆ ਨਹੀਂ ਸੀ ਜਾਂਦਾ ਹੂੰ ਨਾ ਅੱਛਾ ਉਹਦੇ ਵਹਿਮੇ ਨਹੀਂ ਸੀ ਹੂੰ ਪਰ ਉਹ ਤਾਂ ਜਿਹੜੀ ਗੱਲ ਸਿਖਾਈ ਮੈਨੂੰ ਮੈਂ ਗੱਲ ਕਰਦਾ ਮੈਂ ਖਾਸਾ ਮੈਂ ਸਾਂਸ਼ੀਲ ਦਾ ਦਰਮਾ ਪਰਤੀ ਬੰਦੇ ਨੂੰ ਬੰਦੇ ਨੂੰ ਕਿਵੇਂ ਦੇਖਿਆ ਜਾਵੇ ਜਿਹੜਾ ਸਾਧਨ ਇਹਦਾ ਹੁੰਦਾ ਸੀ ਉਹ ਗੁਜ਼ਰ ਗਿਆ ਤੇ ਉਹਦੀ ਜਗ੍ਹਾ ਸਾਨੂੰ ਬਹੁਤ ਲੰਮਾ ਸਮਾਂ ਇੱਥੇ ਰਹਿਣ ਵਾਲਾ ਨਾ ਮਿਲਿਆ ਫਿਰ ਇੱਕ ਬਿਹਾਰੀ ਬੰਦਾ ਆ ਕੇ ਰਹਿਣ ਲੱਗ ਗਿਆ ਉਹਨੂੰ ਪਿੰਡ ਵਾਲੇ ਐਕਸੈਪਟ ਨਹੀਂ ਕੀਤਾ ਉਹਨਾਂ ਨੂੰ ਉਹ ਆਇਆ ਇੱਕ ਦਿਨ ਤੇ ਬਾਪੂ ਨੂੰ ਕਹਿੰਦਾ ਵੀ ਬਾਬਾ ਵੀ ਚੱਲ ਮੈਨੂੰ ਗਜਾ ਚ ਰੋਟੀ ਰੋਟੀ ਤਾਂ ਦੇ ਦਿੰਦੇ ਨੇ ਲੋਕ ਰਜੂਤ ਨੂੰ ਕਿਉਂ ਔਖਾ ਹੋ ਜਾਂਦਾ ਵੀ ਮੈਨੂੰ ਪਾਉਂਦਾ ਹੀ ਨਹੀਂ ਅੱਛਾ ਪਾਪੂ ਕੋਲ ਵੀ ਕੋਈ ਨਹੀਂ ਇਹ ਤੈਨੂੰ ਮੈਂ ਇਕੱਠਾ ਕਰਕੇ ਦੇ ਦਿੰਦਾ ਹੂੰ ਉਹਨੇ ਆਪਣਾ ਡੱਬਾ ਜਾ ਚੱਕਿਆ ਪਿੰਡ ਚੋਂ ਕਿਉਂ ਇਕੱਠਾ ਕਰਕੇ ਦੇਤਾ ਜਿੱਦਾਂ ਲੋੜ ਹੋਣੀ ਉਹਨੇ ਕਹਿ ਜਾਣਾ ਉਹ ਇੱਕ ਦਿਨ ਅਸੀਂ ਟੂੜੀ ਢੋਂਦੇ ਸੀ ਇੱਥੇ ਹੀ ਉਦੋਂ ਇਹ ਸਾਡਾ ਟੂੜੀ ਵਾਲਾ ਘਰ ਸੀ ਅਸੀਂ ਅੰਦਰ ਰਹਿੰਦੇ ਸੀ ਤੇ ਉਹ ਸਾਦ ਲੰਘਿਆ ਜਾਂਦਾ ਹੂੰ ਬਾਪੂ ਨੇ ਵੀ ਬਾਬੇ ਜੇ ਸ਼ਾਮ ਨੂੰ ਕਿਉਂ ਨਹੀਂ ਹੈਗਾ ਹੁਣ 2 ਵਜੇ ਸਾਰੀ ਦਿਹਾੜੀ ਅਸੀਂ ਤੂੜੀ ਢੂੰਦੇ ਰਹੇ ਤੇ ਅਸੀਂ ਤਾਂ ਮਤਲਬ ਰੋਟੀ ਖਾ ਕੇ ਆਰਾਮ ਕਰਨ ਲੱਗੇ ਉਹਨੇ ਰੋਟੀ ਖਾ ਕੇ ਆਪਣਾ ਡੱਬਾ ਚੱਕ ਲਿਆ ਅੱਛਾ ਸਗਰ ਦੁਪਹਿਰਾ 1.5 ਘੰਟੇ ਬਾਅਦ ਮੁੜਿਆ 2 ਘੰਟੇ ਬਾਅਦ ਤੂੰ ਇੰਨਾ ਕਪਈਆ ਕਿਉਂ ਉਹਦੇ ਚ ਤੇ ਉਹਨੇ ਕਦੇ ਛੱਡਿਆ ਨਹੀਂ ਸੀ ਉਹ ਸਾਰੇ ਪਿੰਡ ਚ ਜਾਂਦਾ ਸੀ ਮਤਲਬ ਉਹਨੇ ਕਦੇ ਇਹ ਨਹੀਂ ਸੀ ਰੱਖਿਆ ਵੀ ਇਹ ਕਿਹੜੀ ਜਾਤ ਦਾ ਘਰ ਹੈ ਜਾਂ ਕੌਣ ਹੈ ਉਹ ਹਰੇਕ ਦੇ ਘਰੋਂ ਕਿਉਂ ਇਕੱਠਾ ਕਰਦਾ ਸੀ ਉਸ ਦਿਨ ਕਿਤੇ ਉੱਥੇ ਚਲੇ ਗਿਆ ਜਿਹੜੇ ਘਰਾਂ ਚ ਕਿਉਂ ਨਹੀਂ ਹੁੰਦਾ 2 ਘੰਟੇ ਫਰੀ ਗਿਆ ਇੰਨਾ ਕਿਉਂ ਲੈ ਕੇ ਆਇਆ ਚਲ ਮੈਨੂੰ ਫੜਾਇਆ ਉਹਨੇ ਕਹਿੰਦਾ ਰੱਖ ਦੇ ਜਦ ਆਪਾਂ ਜਾਵਾਂਗੇ ਉਧਰੋਂ ਤਾਂ ਬਾਬੇ ਨੂੰ ਫੜਾ ਦੇ ਉਹ ਮੈਂ ਕਿਹਾ ਉਹਦੇ ਕਿਹਾ ਇੰਨਾ ਕਿ ਮੈਂ ਉਹਨੂੰ ਕਿਹਾ ਵੀ ਤੇ ਜਾ ਤੂੰ ਆਹ ਜਾ ਰੋ ਇਹਦੇ ਪਿੱਛੇ ਗਰਮੀ ਚ ਫਰੀ ਗਏ ਹੈ ਹੈ ਆਪਾਂ ਇੱਥੇ ਘਰੋਂ ਹੀ ਪਾ ਦਉਂਦੇ ਹੂੰ ਉਹ ਜਿਹੜੀ ਉਹਨੇ ਗੱਲ ਕਹੀ ਨਾ ਉਹ ਉਹ ਐ ਗੱਲ ਜਿਹੜੀ ਹੁਣ ਹਿੰਦੁਸਤਾਨ ਨੂੰ ਸਿੱਖਣ ਦੀ ਲੋੜ ਹੈ ਮੈਂ ਸਮਝਦਾ ਉਹ ਕਹਿੰਦਾ ਵੀ ਫੇਰ ਇੱਥੇ ਮੰਦਰੇ ਆਪਣਾ ਬਣਾ ਲੈ ਚਾਹੇ ਕਿ ਉਹਦੇ ਧੂਲ ਚਲਾ ਦੀ ਜੋਤ ਉਹ ਤਾਂ ਪਿੰਡ ਸਾਂਝਾ ਮੰਦਰ ਹੈ ਸਾਰਿਆਂ ਦੀ ਬੂੰਦ 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 ਪੈਣੀ ਚਾਹੀਦੀ ਹੈ ਉਹਦੇ ਚਾ ਬਿਲਕੁਲ ਹੂੰ ਮਤਲਬ ਐਸ ਗੱਲ ਮੈਂ ਮਤਲਬ ਮੈਨੂੰ ਕੀ ਕੀਤਾ ਹੋਊਗਾ ਤੁਸੀਂ ਇਮੇਜ ਨਹੀਂ ਕਰ ਸਕਦੇ ਹੂੰ ਨਾ ਕਿ ਇਹ ਮੈਂ ਮਤਲਬ ਜਿਹੜੀਆਂ ਵੈਲਿਊਜ਼ ਨੇ ਹੂੰ ਉਹ ਕਿਵੇਂ ਆਉਂਦੀਆਂ ਨੇ ਬਿਲਕੁਲ ਤੇ ਕਿਉਮਨਿਟਿ ਹੁੰਦੀ ਕੀ ਐ ਹੂੰ ਰਿਸ਼ਤਾ ਕੀ ਐ ਉਹਨਾਂ ਦਾ ਹੂੰ ਬੁੜੀਆਂ ਚੀਜ਼ਾਂ ਨੇ ਨਾ ਕੋਲੋਂ ਲਾਗੇ ਸਾਡਾ ਪਿੰਡ ਬਹੁਤ ਸੈਕੂਲਰ ਪਿੰਡ ਹੈ ਹੂੰ ਤੇ ਇਸੇ ਲੀਮੂ ਵੈਦਨ ਆ। ਤੁਹਾਡੇ ਬਾਪੂ ਜੀ ਕਿਤੇ ਸਕੂਲ ਗਏ ਸੀ ਜਾਂ ਨਹੀਂ ਉਹ ਸਕੂਲ ਨਹੀਂ ਗਏ। ਉਹ ਤਾਂ ਸਾਧਾਂ ਕੋਲ ਕਿਤੇ ਰਹਿ ਕੇ ਪੜਿਆ। ਅੱਛਾ ਜੀ। ਉਹਨੇ ਵੈਦਿਕ ਵੀ ਸਿੱਖੀ। ਤੇ ਪੜਿਆ ਤਾਂ ਉਹ ਇਹ ਮੀਂਹ ਤੁਰਦਾ ਫਿਰਦਾ। ਅੱਛਾ ਜੀ। ਤੇ ਮੈਨੂੰ ਇਹ ਲੱਗਦਾ ਵੀ ਉਹ ਜਦੋਂ ਇਹ ਕਹਿੰਦਾ ਹੁੰਦਾ ਸੀ ਵੀ ਮਤਲਬ ਮੈਂ ਉਹਨੂੰ ਕਹਾਂ ਵੀ ਬੀਤੂ ਪਾਠਸ਼ਾਲਾ ਨਾਲ ਨਾਲ ਇਹਨਾਂ ਗੁੱਸੇ ਕਿਉਂ ਹੈ ਉਹ ਕਹਿੰਦਾ ਯਾਰ ਸਾਡੀ ਪਾਠਸ਼ਾਲਾ ਹੈ ਹੂੰ ਇੱਥੋਂ ਕਿਵੇਂ ਕੋਈ ਗਲਤ ਚੱਲਿਆ ਜਾਵੇ ਸ਼ਬਦ ਹੂੰ ਮੈਨੂੰ ਲੱਗਦਾ ਵੀ ਉਹ ਸਾਲ ਕੋਥੇ ਸੰਸਕ੍ਰਿਤ ਕਿਸੇ ਵੇਲੇ ਸਿੱਖਦਾ ਰਿਹਾ ਉਹ ਕਦੋਂ ਪਤਾ ਨਹੀਂ ਮੈਮ ਪੁੱਛ ਨਹੀਂ ਸਕਿਆ ਮੈਨੂੰ ਤਾਂ ਬਹੁਤ ਅਫਸੋਸ ਹੁੰਦਾ ਮੈਂ ਅਕੈਡਮੀ 'ਚ ਲੱਗਿਆ ਰਿਹਾ ਤੇ ਉਹ ਸਾਡੇ ਹੱਥ 'ਚੋਂ ਨਿਕਲ ਗਈ ਏਡੀ ਵੱਡੀ ਚੀਜ਼ ਹੂੰ ਬਹੁਤ ਅਫਸੋਸ ਹੁੰਦਾ ਯਾਰ ਵੀ ਬੰਦੇ ਨਾਲ ਉਹਨੀਆਂ ਗੱਲਾਂ ਨਾ ਕੀਤੀਆਂ ਜਿੰਨੀਆਂ ਚਾਹੀਦੀਆਂ ਸੀ ਹੂੰ ਬੇਬੇ ਨਾਲ ਨਹੀਂ ਹੁੰਦੀ। ਹੂੰ ਤੇ ਉਹਨੀਆਂ ਤਾਂ ਬਹੁਤ ਸਾਰੀਆਂ ਗੱਲਾਂ ਨੇ ਆਪਾਂ ਤੇ ਹੋਰ ਸਵਾਲ। ਤੁਹਾਡੀ ਬੀਬੀ ਕਿਉਂ ਜੀ ਸੀ? ਮੇਰੀ ਬੇਬੇ ਬਾਰੇ ਬਾਪੂ ਇਹ ਕਹਿੰਦਾ ਹੁੰਦਾ ਸੀ। ਹੂੰ ਉਹ ਕਹਿੰਦਾ ਵੀ ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ ਨਾ ਆਪਣੀ ਇਹ ਤੇਰੀ ਬੇਬੇ ਦੀ ਰਚਨਾ ਹੈ। ਅੱਛਾ ਉਹਨੇ ਖੇਤੀ ਕਰਨ ਲਾਇਆ ਹੂੰ ਉਹਨੇ ਹੱਟੀ ਕੀਤੀ ਉਹਨੇ ਬੱਚੇ ਪੜਾਏ ਮੈਨੂੰ ਅਜ ਤੱਕ ਕੋਈ ਕਿਸੇ ਨਾਲ ਬੋਲਦੀ ਲੜਦੀ ਜਾਂ ਕਿਸੇ ਦੇ ਖਿਲਾਫ ਬੋਲਦੀ ਨਹੀਂ ਸੁਣੀ ਇਹ ਕਦੇ ਤੇ ਉਹ ਬਹੁਤ ਹੀ ਮਤਲਬ ਉਹ ਆਪਣੇ ਦੁੱਖਾਂ ਚੋਂ ਆਈ ਹੋਈ ਸੀ ਹੂੰ ਵੀ ਉਹ 15 ਸਾਲ ਦੀ ਸੀ ਉਹਦੇ ਮਾਂ ਬਾਪ ਪਹਿਲਾਂ ਹੈ ਨਹੀਂ ਸੀ। ਅੱਛਾ ਜੀ। ਤੇ ਇੱਕ ਭਰਾ ਚైనా ਗਿਆ ਨਾ ਮੁੜਿਆ। ਅੱਛਾ। ਦੂਜਾ ਜੈਤੋਂ ਦੇ ਮੋਰਚੇ 'ਚ ਚਲਾ ਗਿਆ। ਤੇ ਉੱਥੋਂ ਆਇਆ ਤੇ ਆ ਕੇ ਪੂਰਾ ਹੋ ਗਿਆ। ਵੱਡੀਆਂ ਭੈਣਾਂ ਸੀ ਮੇਰੀ ਮਾਸੀਆਂ ਸੀਗੀਆਂ ਬੈਈਆਂ ਹੋਈਆਂ ਸੀ। ਉਹ 15 ਸਾਲ ਦੀ ਕੁੜੀ ਉੱਥੇ ਇਕੱਲੀ ਰਹਿ ਗਈ। ਤੇ ਚਲੋ ਹੁਣ ਤਾਂ ਮੈਨੂੰ ਪਤਾ ਹੈ ਮੈਂ ਪਤਾ ਪਤਾ ਕਰਿਆ ਇਧਰੋਂ ਵੀ। ਬਿਦੇਸ਼ ਤੱਕ ਇਹਨਾਂ ਕਰਾਇਆ ਸੀ ਉਹਨਾਂ ਦਾ ਕਿਉਂਕਿ ਜਿੱਥੇ ਮੇਰਾ ਬਾਪੂ ਪਲਿਆ ਜਿਹੜੇ ਪਿੰਡ 'ਚ ਮਾਨੂ ਪਰ ਮੇਰੇ ਉੱਥੇ ਮੇਰੇ ਨਾਨਕੇ ਨੇ ਅੱਛਾ ਤੇ ਜੀ ساری ਉਮਰ ਮਜਾ ਕੇ ਕਰਦੇ ਰਹੇ ਵੇ ਫਿਰ ਬਾਪੂ ਨੂੰ ਅੱਛਾ ਉਹ ਕਹਣਾ ਨਹੀਂ ਅਸੀਂ ਜਾਣਦੇ ਨਹੀਂ ਸੀ ਤੇ ਅਸੀਂ ਕਹਣਾ ਨਹੀਂ ਸਾਨੂੰ ਸਭ ਕੁਝ ਦਾ ਪਤਾ ਲੱਗਿਆ ਹਮ ਜਿਹੜਾ ਨਹੀਂ ਤੁਸੀਂ ਐਵੇਂ ਕਹੀ ਜਾਂਦੇ ਹੋ ਤੇ ਬੀਬੇ 15 ਸਾਲ ਦੀ ਸੀ ਤੇ ਮੇਰੇ ਬਾਪੂ ਦੀ ਉਮਰ 35 ਸਾਲ ਤੋਂ ਵੱਧ ਸੀ ਜਦੋਂ ਵਿਆਹ ਹੋਇਆ ਐਨਾ ਫਰਕ ਸੀ ਉਹਨਾਂ ਦੀ ਉਮਰ 'ਚ 20 ਸਾਲ ਦਾ ਕੁਝ ਬਟ ਤੇ ਹੁਣ ਤੁਸੀਂ ਇਹ ਸੋਚ ਲਓ ਹਮ ਉਹ ਉਹ ਵੱਡੀ ਹੋਰ ਕਿਸਮ ਦੀ ਕਹਾਣੀ ਆ ਵੀ ਕਿਸੇ ਦੇ ਘਰ ਬੇਬੇ ਦੀ ਡੋਲੀ ਉਤਰੀ ਬਾਪੂ ਦਾ ਘਰ ਤਾਂ ਪਟਿਆ ਹੋਇਆ ਸੀ ਕਿਸੇ ਨੇ ਡੋਲੀ ਲਾਈ ਕਿਸੇ ਦੇ ਘਰ ਰਹੀ ਅੱਛਾ ਉਦੋਂ ਮੈਂ ਉੱਥੇ ਫੇਚ ਲਈ ਤੇ ਉਹ ਜਿੱਦ ਕਰਕੇ ਲੈ ਕੇ ਆਈ ਬਾਪੂ ਨੂੰ ਵੀ ਤੂੰ ਆਪਣੇ ਘਰ ਚੱਲ ਅੱਛਾ ਬਾਪੂ ਨੂੰ ਪਤਾ ਦੀ ਕਿ ਉੱਥੇ ਟੋਏ ਨੇ ਉਹ ਟੋਇਆ ਚ ਲੈ ਆਇਆ ਉਹਦਾ ਬਹੁਤ ਆਫਗਾਨ ਦੁਨੀਆ ਚ ਜੀ ਲੱਗਿਆ ਨਾ ਬਾਪੂ ਦਾ ਤਾਂ ਹੂੰ ਤੇ ਬਹੁਤ ਲੰਬੀ ਗੱਲ ਆ ਸੁਣੋ ਵੀ ਹੁੰਦੇ ਹੀ ਤੁਸੀਂ ਤੁਸੀਂ ਉਹ ਦੇਖ ਲਓ ਵੀ ਇੱਕ ਕੁੜੀ ਮ ਨਵੇਂ ਵੀ ਅਹੀ 16 17 ਸਾਲ ਦੀ ਕੁੜੀ 16 16 ਸਾਲ ਦੀ ਹੂੰ 16 ਸਾਲ ਦੀ ਤੇ ਤਾਂ ਕੋਈ ਕਹਿੰਦੇ ਵੀ ਬੱਚਾ ਹੋ ਗਿਆ ਜੀ ਅੱਛਾ ਜੀ ਮੈਨੂੰ ਮੇਰੀ ਭੈਣ ਨੇ ਦੱਸਿਆ ਹੂੰ ਤਾ ਵੀ ਉਹਨੂੰ ਲਿਆ ਕੇ ਨੇਰੇ ਚ ਟੋਏ ਚਲਾ ਦੇਮੋਂ ਤੁਸੀਂ ਵੀ ਆ ਤੇਰਾ ਘਰ ਹੈ ਹੂੰ ਬੇਬੇ ਦੱਸਦੀ ਹਾਂ ਮੇਰੀ ਵੀ ਮੈਨੂੰ ਨਾ ਜਿਆਦਾ ਐ ਟੋਏ ਚ ਫੜ ਕੇ ਲਾਹਿਆ ਨੇਰੇ ਹੋਇਆ ਫਤੇੜਾ ਸਾਬ ਤੂੰ ਆਏ ਸੀ ਹੂੰ ਸਵਾ ਤੂੰ ਤੇ ਘਮੇਰਾ ਗਈ ਉਹਨੂੰ ਅੱਛਾ ਤੇ ਉਹ ਕੰਧ ਦਾ ਆਸਰਾ ਜਿਹਾ ਲੈ ਕੇ ਬਹਿ ਗਈ ਹੂੰ ਉਹ ਕੁਦਰਤੀ ਜਿੱਥੇ ਬੈਠੀ ਸੀ ਹੂੰ ਉੱਥੇ ਮੇਰੀ ਦਾਦੀ ਦਾ ਚੁੱਲਾ ਸੀ ਅੱਛਾ ਇਹਦਾ ਫਿਰ ਉਸ ਦਿਨ ਆਖਰੀ ਵਾਰ ਵੋਝਾ ਹੋਊਗਾ ਜੈਸ ਤੇ ਉਹਨਾਂ ਦੀ ਡੈਥ ਹੋਈ ਐ। ਹੂੰ। ਤੇ ਆਪਾਂ ਕੀ ਕਰਦੇ ਆਂ ਵੀ ਜਦੋਂ ਬਹੁਤ ਜਿਆਦਾ ਭਾਵਕ ਹੋ ਜਾਂਦੇ ਆਂ ਬੇਬਸੀ ਹੁੰਦੀ ਆ। ਬੰਦਾ ਨਾ ਐ ਹੱਥ ਜੇ ਬਰੂਲਣ ਲੱਗ ਜਾਂਦਾ ਕੋਸ ਜਿੱਥੇ। ਹੂੰ। ਉਹ ਬੇਬੇ ਹੱਥ ਮਾਰਨ ਲੱਗੀ ਨਿਹਰੇ ਚ। ਹੂੰ। ਤੇ ਉਹਦੇ ਚ ਉਸ ਵਾਝੋਂ ਉਹਨੂੰ ਇੱਕ ਟੁੱਟੀ ਹੋਈ ਕਟਛੀ ਮਿਲੇ। ਅੱਛਾ। ਉਹ ساری ਉਮਰ ਮਤਲਬ ਇੰਨੇ ਸਾਲਾਂ ਕਹਿੰਦੀ ਰਹੀ ਵੀ ਹੂੰ। ਤੇਰੇ ਬਾਪ ਦੇ ਘਰੋਂ ਮੈਨੂੰ ਆ ਇੱਕ ਟੁੱਟੀ ਹੋਈ ਘਰਸੀ ਉਹ ਅਸੀਂ ਵੀ ਵਰਤੀਆ ਉਹਨੂੰ ਟੰਕਾ ਜੱਲਵਾਇਆ ਹੋਇਆ ਅੱਛਾ ਜੀ ਅਸੀਂ ਬਹੁਤ ਯੂਟਿਲਿਟੇਰੀਅਨ ਆ ਜੀ ਸਾਧਨ ਬਹੁਤ ਘੱਟ ਕਮਾਏ ਤੇ ਬਹੁਤ ਸੋਚ ਕੇ ਖਰਚੇ ਇਸੇ ਲਈ ਪੜਨ ਨੂੰ ਬਾਪੂ ਨੇ ਸਮਾਂ ਕੱਢਿਆ ਮੈਂ ਕੱਢਿਆ ਤੇ ਬਾਪੂ ਕਹਿੰਦਾ ਵੀ ਤੈਨੂੰ ਇਹ ਤਾਂ ਮਿਲੀ ਸੀ ਮੈਨੂੰ ਇੱਕ 4 ਕਿਲੋ ਦਾ ਪੱਥਰ ਮਿਲਿਆ ਸੀ ਮੈਨੂੰ ਮੇਰੇ ਬਾਪ ਦੇ ਘਰੋਂ ਉਹ ਮਿਲਿਆ ਹੀ ਨਹੀਂ ਤੇ ਹੁਣ ਇਹ ਗੱਲ ਤਾਂ ਹੱਸ ਕੇ ਕਰਦੇ ਸੀ ਉਹ ਪਰ ਇਹ ਵੱਡੀ ਟਰੈਜਡੀ ਸੀ ਤੋ ਮੇਰੀ ਮਾਂ ਨੇ ਬੜੀ ਮਿਹਨਤ ਕੀਤੀ। ਉਹਦੀ ਇਮਾਨਦਾਰੀ ਦੀਆਂ ਵੱਡੀਆਂ ਕਹਾਣੀਆਂ ਨੇ। ਬਹੁਤ ਬਹੁਤ ਜ਼ਿਆਦਾ ਸੱਚੀ ਸੁੱਚੀ ਸੀ ਉਹ। ਉਹਨਾਂ ਦੇ ਉੱਤੇ ਲੈਣਾ ਇਹਨੂੰ ਸਿੱਖਾਂ ਦਾ ਲੈਣਾ ਕਹਿੰਦੇ ਜੀ। ਅੱਛਾ ਜੀ। ਤੋ ਬਹੁਤ ਜ਼ਿਆਦਾ ਸੱਚੀ ਸੁੱਚੀ ਸੀ। ਹੂੰ। ਮਤਲਬ ਉਹ ਉਹਨਾਂ ਤੋਂ ਤਾਂ ਅੰਸ਼ ਵੀ ਨਹੀਂ ਹੈਗਾ ਸਾਡੇ 'ਚ। ਹੂੰ। ਤੁਸੀਂ ਜ਼ਿਕਰ ਕਰਦੇ ਹੁੰਨੇ ਹੋ ਵੀ ਜਦੋਂ ਤੁਸੀਂ ਕਹਾਣੀਆਂ ਬਹੁਤ ਛੋਟੀ ਉਮਰ 'ਚ ਤੁਸੀਂ ਪੜਨਾ ਵੀ ਸ਼ੁਰੂ ਕਰਤਾ ਸੀ ਲਿਖਣਾ ਵੀ ਸ਼ੁਰੂ ਕਰਤਾ ਸੀ ਜਦੋਂ ਤੁਸੀਂ ਕਹਾਣੀਆਂ ਲਿਖਦੇ ਹੁੰਦੇ ਸੀ ਤਾਂ ਤੁਸੀਂ ਆਦੇ ਬੇਬੇ ਬਾਪੂ ਦੇ ਨਾਲ ਸਾਂਝੀਆਂ ਕਰਦੇ ਹੁੰਦੇ ਸੀ ਮੈਂ ਉਦੋਂ ਪਹਿਲਾਂ ਵੀ ਲਿਖਣ ਤਾਂ ਮੈਂ ਬਹੁਤ ਲੇਟ ਲੱਗਿਆ ਮੈਂ 30 ਸਾਲ ਦੀ ਉਮਰ 'ਚ ਪਹਿਲੀ ਕਹਾਣੀ ਲਿਖੀ ਹੈ ਪਰ ਹੋਇਆ ਕੀ ਵੀ ਬਹੁਤ ਪਹਿਲਾਂ ਤੋਂ ਸਮਝ ਲਓ ਤੁਸੀਂ 10ਵੀਂ ਤੋਂ ਬਾਅਦ ਹੈ ਸਿਲੇਬਸ ਚ ਚੰਗੀਆਂ ਕਹਾਣੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਸੀ ਜਿਵੇਂ ਮੇਰੇ ਜਿਹੜੀ ਯਾਦ ਹੁੰਦੀ ਹੈ ਸਵੇਰ ਹੋਣ ਤੱਕ ਲੱਗੀ ਹੁੰਦੀ ਸੀ ਦਸਵੇਂ ਤੋਂ ਪਹਿਲਾਂ ਇੱਕ ਇੱਕ ਕੋਈ ਕਹਾਣੀ ਹੋਰ ਸੀ ਮੇਰੇ ਉਹ ਮੈਂ ਕਿਦਾਂ ਅੱਗੇ ਵੀ ਯਾਦ ਕਰਦਾ ਰਿਹਾ ਕਿਸੇ ਲਈ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਉਹ ਕਿਹੜੀ ਸੀ ਮੈਂ ਨਾ ਆਪਣੇ ਸਾਂਜੀ ਕਹਿੰਦੇ ਆ ਸੀ ਹਨਾ ਉਹ ਤਾਂ ਨੌਕਰ ਹੋਗੇ ਸੀ ਸਾਂਜੀ ਕਹਿੰਦੇ ਤੇ ਤੁਹਾਡੇ ਵੱਲ ਸੀਰੀ ਵੀ ਕਹਿੰਦੇ ਨੇ ਸੀਰੀ ਵੀ ਵੈਸੇ ਅਸੀਂ ਸਾਂਜੀ ਕਹਿੰਦੇ ਹਾਂ ਹਾਂ ਸਾਂਜੀ ਕਹਿੰਦੇ ਆ ਹਨਾ ਤੇ ਸਾਂਝੀਆਂ ਨੂੰ ਮੈਂ ਉਹ ਸੁਣਾਉਂਦਾ ਰਹੇ ਹੂੰ ਜਿਹੜੀ ਕਹਾਣੀ ਚੰਗੀ ਲੱਗ ਲੱਗਣੀ ਉਹ ਉੱਥੇ ਅਸੀਂ ਵੀ ਚਲ ਅੱਜ ਆਪਾਂ ਆ ਕਹਾਣੀ ਪੜ੍ਹਨੀ ਆਂ ਪਹਿਲਾ ਕਿੱਸਾ ਵੀ ਤੁਹਾਡੇ ਸੰਜੀ ਨੇ ਤੁਹਾਨੂੰ ਪਹਿਲਾ ਕਿੱਸਾ ਵੀ ਮੈਨੂੰ ਪਖੀਰੀ ਇਹਨੇ ਦਿੱਤਾ ਸੀ ਉਹ ਵੀ ਇੱਕ ਬੜੀ ਇੰਟਰਸਟਿੰਗ ਗੱਲ ਹੈ ਵੀ ਵੀ ਮੈਂ ਨਾ ਉਹ ਮੈਨੂੰ ਕਿੱਸਾ ਦਿੱਤਾ ਕਿਸੇ ਨੇ ਇੱਥੇ ਸਾਡੇ ਹੁੰਦਾ ਸੀ ਉਹਦਾ ਜਿਹੜਾ ਕਿਸੇ ਪੜ੍ਹਦਾ ਸੀ ਰੂਪ ਚੰਦ ਤੇ ਹਿੰਦੋਪਤੀ ਹੂੰ ਮੈਂ ਪੜਦਾ ਸੀ ਉਹ ਚੌਥੀ ਚ ਅੱਛਾ ਤੇ ਉਹ ਕਿਸ ਕਿਸਿਆਂ ਚ ਸੋ ਕਾਲਡ ਅਡਲਟ ਸੀ ਹੂੰ ਤੋ ਮੇਰੇ ਹੱਥ ਚੋਂ ਨਹੀਂ ਦਿਖਿਆ ਬਗੀਰੀ ਇਹਨੇ ਹੂੰ ਉਹ ਕਹਿੰਦਾ ਵੀ ਵੀ ਤੂੰ ਇੱਥੇ ਕੀ ਫਿਰਦਾ ਤੂੰ ਮੁੰਡਾ ਸਹੀ ਫਲਾਣੇ ਤੋਂ ਲੈਂਦਾ ਮੈਂ ਪੜਨਾ ਉਹ ਕਹਿੰਦਾ ਵੀ ਇਹ ਨਹੀਂ ਪੜਨਾ ਅੱਛਾ ਜੀ ਇਹ ਮੈਨੂੰ ਦੇ ਦੇ ਤੈਨੂੰ ਮੈਂ ਹੋੜ ਲਿਆ ਕੇ ਦਿੰਦਾ ਹੂੰ ਜਿਹਨੂੰ ਮੈਨੂੰ ਪਹਿਲਾਂ ਤਾਂ ਰੂਪ ਬਸੰਤ ਲਿਆ ਕੇ ਦਿੱਤਾ ਹੈ ਨਾ ਅੱਛਾ ਜੀ ਪਹਿਲਾ ਜਿਹੜਾ ਕਿੱਸਾ ਪੜਿਆ ਮੈਂ ਉਹ ਰੂਪ ਬਸੰਤ ਸੀਗਾ ਹੂੰ ਤੇ ਉਸ ਤੋਂ ਬਾਅਦ ਜਾਨੀ ਚੋਰ ਜਾਨੀ ਚੋਰ ਪੰਡਤ ਕਿਸ਼ੋਰ ਚੰਦ ਬੱਦੋਵਾਲੀਏ ਦਾ ਹੂੰ ਫੇਰ ਤਾਂ ਮਤਲਬ ਮੇਰਾ ਕਿੱਸਿਆਂ ਨਾਲ ਲਗਾਓ ਤੁਸੀਂ ਇਹ ਦੇਖ ਲਓ ਵੀ ਇੰਨਾ ਸੀ ਹੂੰ ਵੇ ਸਾਡੇ ਨਾ ਅ ਨੇੜੇ ਸਵਾਲ ਲੱਗਦੀ ਆ ਪਿੰਡ ਮਾਲਿਕ ਪਰ ਅੱਛਾ ਜੀ ਤੇ ਫਤੇਗੜ ਸਾਹਿਬ ਅਸੀਂ ਹਰ ਸਾਲ ਜਾਂਦੇ ਸੀ ਤੇ ਉਦੋਂ ਕਦੇ ਚੁਆਨੀ ਮਿਲਦੀ ਹੁੰਦੀ ਸੀ ਹੂੰ ਕਦੇ ਅਠਿਆ ਨਹੀਂ ਮਿਲਦੀ ਹੁੰਦੀ ਸੀ ਤੇ ਉਹ ਬਹੁਤ ਹੁੰਦੀ ਸੀ ਹੂੰ ਸਾਰੀ ਦਿਹਾੜੀ ਫਿਰੀ ਜਾਣਾ ਸਵਾ ਤੇ ਬਣੀਆਂ ਚੀਜ਼ਾਂ ਨੂੰ ਜੀ ਕਰਦਾ ਵੀ ਆ ਚੰਡੋਲ ਝੂਟਣਾ ਹੈ ਹੂੰ ਆ ਉਦੋਂ ਅਸੀਂ ਪਤੌੜ ਕਹਿੰਦੇ ਆ ਹਨਾ ਪਕੌੜਿਆਂ ਨੂੰ ਹਾਂ ਹਾਂ ਉਹ ਜਿਹੜੀ ਕਾਗਜ ਨੂੰ ਲੱਗੀ ਹੋਈ ਚਟਣੀ ਜੀ ਹਨਾ ਉਹ ਬੜੀ ਸੁਆਗ ਲੱਗਦੀ ਹੁੰਦੀ ਬੜਾ ਜੀ ਕਰਦਾ ਵੀ ਇਹ ਖਾ ਲਈਏ ਮੂੰਹ ਚ ਦੇਖਦੀ ਸਾਰੇ ਪਣੀਆਂ ਜਾਣਾ ਬਿਲਕੁਲ ਪਰ ਮੈਂ ਮਲੇ ਲੰਗਰ ਚ ਰੋਟੀ ਖਾ ਕੇ ਸਾਰੀ ਦਿਹਾੜੀ ਫਰੀ ਜਾਣਾ ਹੂੰ ਉਹ ਜੇਬ ਚ ਗੁੱਟੀਆਂ ਢਿਆ ਨਹੀਂ ਵੀ ਸ਼ਾਮ ਨੂੰ ਕਿਸੇ ਲਓ ਇੰਟਰਸਟਿੰਗ ਗੱਲ ਇਹ ਹੈ ਵੀ ਸ਼ਾਮ ਨੂੰ ਨਾ ਉਹ ਚਿੱਠੇ ਇਸ ਲਈ ਲੈਂਦਾ ਸੀ ਮੈਂ ਵੀ ਇਹ ਨਾ ਸਸਤੇ ਹੋ ਜਾਂਦੀਆਂ ਸ਼ਾਮ ਨੂੰ ਜਦੋਂ ਮੇਲਾ ਜਾਂਦਾ ਵੀ ਚੀਜ਼ਾਂ ਸਸਤੀਆਂ ਸਾਰੀਆਂ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਸੀ ਵੀ ਚਿੱਠੇ ਵੀ ਸਸਤੇ ਹੋ ਜਾਂਦੇ ਨੇ ਫੇ ਚੀ ਪੈਸੇ ਦਾ ਤਿੰਨ ਪੈਸੇ ਦਾ ਅੱਛਾ ਹੈ ਨਾ ਮਤਲਬ ਪੂਰਨ ਭਗਤ ਮੇਰਾ ਖਿਆਲ ਹੈ ਮੈਂ 5 ਪੈਸੇ ਦਾ ਲੈ ਕੇ ਪੜਿਆ ਅੱਛਾ ਹੈ ਤੇ ਜਦੋਂ ਅਸੀਂ ਅੰਦਰਲੇ ਘਰੋਂ ਉੱਥੇ ਆਏ ਆ ਮੇਰੇ ਕੋਲ ਦੋ ਪੂਰੀਆਂ ਕਿਸੇਆਂ ਦੀਆਂ ਸੀਗੀਆਂ ਹੂੰ ਹੋਵੇ ਦੇਖੋ ਟੂੜੀ ਦੀ ਬੰਡ ਚ ਚਲੀਆਂ ਗਈਆਂ ਕਿਤੇ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਮਤਲਬ ਮੈਨੂੰ ਨਹੀਂ ਆ ਲੱਗਦਾ ਵੀ ਕੋਈ ਪੰਜਾਬੀ ਦਾ ਕਿੱਸਾ ਹੋਵੇ ਤੇ ਮੈਂ ਮੈਂ ਪੜਿਆ ਹੋਵੇ ਤੇ ਗਾਇਆ ਨਾ ਹੋਵੇ ਹੂੰ ਮਾਪਾਪ ਦੀ ਤਾਂ ਗੱਲ ਸਮਝ ਆਉਂਦੀ ਹੈ ਪਰ ਤੁਸੀਂ ਆਪਣੀਆਂ ਲਿਖੀਆਂ ਕਹਾਣੀਆਂ ਸਾਂਝੀਆਂ ਨੂੰ ਕਿਉਂ ਸੁਣਾਉਂਦੇ ਹੁੰਦੇ ਸੀ ਨਹੀਂ ਆਪਣੀਆਂ ਲਿਖੀਆਂ ਨਹੀਂ ਅੱਛਾ ਆਪਣਿਆਂ ਲਿਖੀਆਂ ਤਾਂ ਮੈਂ ਬਾਪ ਨੂੰ ਸੁਣੀਆਂ ਲਿਖਣ ਤਾਂ ਮੈਂ 30 ਸਾਲ ਦੀ ਉਮਰ ਚ ਲੱਗਿਆ ਜਦੋਂ ਤਾਂ ਮੈਂ ਅਕੈਡਮੀ ਚ ਲੱਗਿਆ ਸੀ ਚੰਗੀਆਂ ਕਹਾਣੀਆਂ ਪੜੀਆਂ ਹੋਈਆਂ ਬੜੀਆਂ ਹੋਈਆਂ ਠੀਕ ਹੈ ਜਿਹੜੀਆਂ ਸਿਲੇਬਸ ਚ ਲੱਗੀਆਂ ਹੋਈਆਂ ਸੀ ਹਮ ਵਰਿਆਮ ਸੰਧੂ ਦੀ ਉਹ ਮੈਂ ਮਾਂ ਬਾਪ ਨੂੰ ਸੁਣਾਉਂਦਾ ਰਿਹਾ ਅੱਛਾ ਜੀ ਬੇਬੇ ਨੂੰ ਜਿਹੜੀ ਕਹਾਣੀ ਚੰਗੀ ਲੱਗਣੀ ਮੈਂ ਬੇਬੇ ਬਾਪੂ ਨੇ ਇੱਥੇ ਸਾਡੇ ਛੋੜੀ ਜਿਹੀ ਮੰਗੀ ਹੁੰਦੀ ਸੀ ਉੱਥੇ ਬੈਠ ਜਾਣਾ ਵੀ ਤੁਹਾਨੂੰ ਆਹ ਕਹਾਣੀ ਸੁਣਾਉਣੀ ਆ ਉੱਥੇ ਸਾਨੀਆਂ ਨੂੰ ਸੁਣਾਉਣੀ ਵੀ ਅੱਜ ਇੰਨਾ ਕੰਮ ਘਟ ਕਰਾਂਗੇ ਆ ਸੋ ਹਮ ਹਮ ਹੈਨਾ ਵਿਰਕ ਦੀ ਕਹਾਣੀ ਤੇ ਮਤਲਬ ਮੇਰੇ ਯਾਦ ਆ ਵੀ ਜਦੋਂ ਮੈਂ ਬਾਪੂ ਨੂੰ ਪਹਿਲੀ ਕਹਾਣੀ ਲਿਖ ਕੇ ਸੁਣਾਈ ਤਾਂ ਉਹ ਮੈਨੂੰ ਕਹਿੰਦਾ ਵੀ ਯਾਰ ਕੋਈ ਉਹੋ ਜਿਹੀ ਕਹਾਣੀ ਲਿਖ। ਅੱਛਾ ਜੈਜੀ ਤੂੰ ਖਾਨੂੰ ਉਹ ਉਹਦੋਂ ਸੁਣਾਈ ਸੀ। ਹੁਣ ਉਹ ਵਿਰਿਆਮ ਸੰਦੂਕ ਦੀ ਆਪਣਾ ਆਪਣਾ ਹਿੱਸਾ ਸੀਗੀ। ਅੱਛਾ ਜੀ। ਫਿਰ ਮੈਂ ਉਹਨੂੰ ਦੱਸਿਆ ਵੀ ਤੇ ਜਹਾਂ ਉਹ ਉਹ ਬਹੁਤ بڑا ਲੇਖਕ ਹੈ। ਮੈਂ ਉਹ ਉਹਦੇ ਪੈਰਾਂ 'ਤੇ ਆਪਣੀ ਬਣਾ ਕਦੇ ਪਰ ਵੀ ਵੀ ਮੈਨੂੰ ਤਾਂ ਉਹਨਾਂ ਦੀਆਂ ਕਹਾਣੀਆਂ ਸੁਣਨੀਆਂ ਨੇ ਗੁਰਵਚਨ ਭੁੱਲਰ ਦੀ ਫੱਤੂ ਮਰਾਸੀ ਫੱਤੂ ਮਰਾਸੀ ਸੁਣਾਈ ਤੇ ਬਾਪੂ ਨੇ ਮੈਨੂੰ ਆਪਣੀਆਂ ਅੰਦਰ 83 ਦੇ ਦਿਨ 47 ਦੇ ਦੰਗਿਆਂ ਵੇਲੇ ਆਂਦੀਆਂ ਗੱਲਾਂ ਸੁਣਾਈਆਂ ਹੂੰ ਮਤਲਬ ਉਹਨੇ ਕੋਈ ਖੱਡੇ ਇੱਥੇ ਉਹ ਬਾਅਦ 'ਚ ਮੈਂ ਦੇਖਿਆ ਚੌਕੀਦਾਰ ਹੁੰਦਾ ਸੀ ਕੀਸੂ ਇਹ ਉਹ ਕਹਿੰਦੇ ਸੀ ਉਹਨੂੰ ਚੌਕੀਦਾਰ ਰਿਹਾ ਹੂੰ ਤੇ ਉਹ ਮੈਨੂੰ ਹੁਣ ਪਤਾ ਹੈ ਵੀ ਉਹ ਉਹ ਦੇਖੋ ਕਿੰਨੀ ਮਤਲਬ ਬਦਲ ਕਿੰਨੀ ਗਈ ਦੁਨੀਆ ਸਾਡੇ ਦੇਖਦੀ ਦੇਖਦੀ ਬਈ ਉਹ ਜਾਂਦਾ ਹੁੰਦਾ ਸੀ ਖੰਨੇ ਅੱਛਾ ਜੀ ਮਾਚਸ ਨਾਮਕ ਤੇ ਇਹ ਦੋ ਤਿੰਨ ਕਿ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਖੰਨੇੋਂ ਲੈ ਕੇ ਆਉਂਦੇ ਸੀ ਇਹ ਸਾਰਾ ਕੁਝ ਸਾਡੇ ਘਰਾਂ ਚ ਹੀ ਹੁੰਦਾ ਸੀ ਤੂੰ ਨਾ ਜਦ ਜਾਂਦਾ ਸੀ ਮੱਛੀਆਂ ਲੈ ਕੇ ਆਉਂਦਾ ਹੁੰਦਾ ਸੀ ਉਹ ਚੂਸਣ ਵਾਲੀਆਂ ਅੱਛਾ ਤੂੰ ਨਾ ਸਾਰਿਆਂ ਤੋਂ ਉਹ ਮਤਲਬ ਪੈਸੇ ਲੈਣੇ ਹਮ ਮੇਰੇ ਆਦਾ ਵੀ ਉਹ ਦਰਵਾਜ਼ੇ ਬੈਹਿੰਦਾ ਸੀ ਐ ਪੰਜ ਪੈਸੇ ਦੀਆਂ 25 ਐ ਮੁੱਠੀ ਜੀ ਭਰ ਕੇ ਫੜਾਉਂਦਾ ਸੀ ਅੱਛਾ ਉਹ ਮੇ ਤੋਂ ਪੈਸੇ ਹੀ ਨਹੀਂ ਲਏ ਉਹਨੇ ਕਦੇ ਕਿਉਂ ਮੈਨੂੰ ਉਹਨੇ ਉਹੀ ਦੇ ਦੇਣੀਆਂ ਉਬਾਦ ਚ ਮੈਂ ਬਾਪੂ ਨੂੰ ਦੋ ਤਿੰਨ ਵਾਰ ਪੁੱਛਿਆ ਵੀ ਮੈਂ ਕਿਹਾ ਮੈਨੂੰ ਪੈਸੇ ਨਹੀਂ ਲੰਦਾ ਕਹਿੰਦੇ ਦੇ ਦਿਆ ਕਰ ਵੀ ਚਲ ਇਤਨੇ ਦਾਣੇ ਦੇ ਦਾਂਗੇ ਕੋਈ ਗੱਲ ਨਹੀਂ ਪਰ ਉਹਨ ਮੈਨੂੰ ਦੱਸ ਹੀ ਨਹੀਂ ਗੱਲ ਜੈਸੇ ਦਿਨ ਮੈਂ ਫਤੂਮ ਰਸੀ ਕਹਾਣੀ ਸੁਣਾਈ ਨਾ ਗਰਵਚਨ ਪੁੱਲਰ ਦੀ ਉਹਨਾਂ ਨੂੰ ਹੂੰ ਤੇ ਉਦੋਂ ਅਸੀਂ ਅੰਦਰਲੇ ਘਰੇ ਰਹਦੇ ਹੁੰਦੇ ਸੀ ਮੇਰੇ ਆਦ ਵੀ ਕੋਠੇ ਤੇ ਬੈਠੇ ਸੀ ਅਸੀਂ ਹੂੰ ਛਾਲ ਚ ਧੁੱਪੇ ਹੂੰ ਤੇ ਮੈਂ ਉਹ ਫਤੂਮ ਰਸੀ ਪੜ੍ਹੀ ਸੀ ਕਿਤੇ ਅੱਛਾ ਉਹਨਾਂ ਦੀਆਂ ਗਿਆਰਵੀ ਵਿੱਚ ਗਿਆਰਵੀਂ ਵਿੱਚ ਪੜ੍ਹਦਾ ਸੀ ਮੈਂ ਉਹਨਾਂ ਦੀ ਸ਼ਾਇਦ ਉਹ ਚੋਣੀਆਂ ਕਹਾਣੀਆਂ ਦੀ ਕੋਈ ਕਿਸੇ ਕਿਤਾਬ 'ਚ ਸੀਗੀ ਮੈਨੂੰ ਉਹ ਬਹੁਤ ਬੜੀਆਂ ਕਹਾਣੀਆਂ ਉਹ ਮਤਲਬ ਉਹਦੇ 'ਚੋਂ ਹੀ ਇੱਕ ਕਹਾਣੀ ਖੂਨ ਸੀ ਜਿਹਨੇ ਮੈਨੂੰ ਅਸਲ 'ਚ ਕਹਾਣੀ ਲਿਖਣ ਲਾਇਆ ਬਿਲਕੁਲ ਹਾਂ ਪਰ ਉਹ ਮੈਂ ਮੇਰੇ ਆਦਿ ਮੈਂ ਜਦੋਂ ਬਾਪੂ ਨੂੰ ਫੱਤੂ ਮੁਰਾ ਸੀ ਸੁਣਾਈ ਨਾ ਫਿਰ ਉਹਨੇ ਮੈਨੂੰ ਦੋ ਗੱਲਾਂ ਦੰਗਿਆਂ ਨਾਲ ਸੰਬੰਧਿਤ ਸੁਣਾਈਆਂ ਤੇ ਉਹਨਾਂ 'ਚੋਂ ਇੱਕ ਗੱਲ ਫਿਰ ਉਹ ਕੁਦਰਤੀ ਮੈਨੂੰ ਉਹਨੇ ਉਹ ਦੱਸੀ ਯੋਕੀ ਸੁਮਾਏ ਆਪਣੀ ਤੂੜੀ ਵਾਲੀ ਕੋਠੜੀ ਚ 20 ਦਿਨ ਰੱਖਿਆ ਨਕੂਕੇ ਉਹਨੂੰ ਉੱਥੇ ਹੀ ਨਾਉਣ ਤੋਂ ਹੂੰ ਉੱਥੇ ਹੀ ਉਹਦਾ ਗੰਦ ਚੱਕ ਕੇ ਬਾਹਰ ਲੈ ਕੇ ਆਉਣਾ ਹੂੰ ਉਹਨੂੰ ਬਾਹਰ ਕੱਢਿਆ ਹੀ ਨਹੀਂ ਅੱਛਾ 20 ਦਿਨ ਬਾਅਦ ਜਦੋਂ ਟਿਕਟਕਾ ਹੋ ਗਿਆ ਹੂੰ ਬਡੇ ਸਾਡੇ ਸੀਗੇ ਬੰਦੇ ਜਿਹੜੇ ਮਾਰਕਾਡ ਚ ਸ਼ਾਮਲ ਹੋਏ ਹੂੰ ਤੇ ਫੇਰ ਉਹ ਰਿਆ ਚੌਕੀਦਾਰ ਰਿਆ ਸਾਡੇ ਪਿੰਡ ਦੇ ਦੇਖਿਆ ਲੋਕਾਂ ਨੇ ਅੱਛਾ ਜੀ ਮਾਰਵੀ ਦੇ ਉੱਤੇ ਸੀ ਸਾਡੇ ਸਾਡੇ ਪਿੰਡ ਰਹੇ ਨੇ ਫਿਰ ਮ ਉਸਲਮਾਨਾਂ ਦੇ ਦੋ ਤਿੰਨ ਘਰ ਸੀਗੇ ਹੂੰ ਗੜਗ ਮੰਡੀ ਸੀਗਾ ਸ਼ਫੀ ਅੱਛਾ ਰਹਿ ਬੰਦੇ ਰੋਕੀ ਸੁਦੀ ਗੱਲ ਬਾਪੂ ਦੱਸਦਾ ਹੁੰਦਾ ਸੀ ਵੀ ਉਹਦੇ ਮਗਰ ਪੈਗੇ ਤੇ ਉਹਦੇ ਨਾਲ ਕੋਈ ਊ ਹੋਊਗੀ ਲੱਗਦਾ ਵੈਸੇ ਤਾਂ ਚਲੋ ਹੋਇਆ ਸਾਰਾ ਕੁਝ ਇੱਥੇ ਸਾਡੇ ਪਿੰਡ ਪਰ ਮਾਪੂ ਗੱਲ ਨਹੀਂ ਕਰਦਾ ਚੰਗੀ ਨਹੀਂ ਲੱਗਦੀ ਇਹੋ ਜਿਹੇ ਬੰਦੇ ਵੀ ਰਹੇ ਨੇ ਹੂੰ ਸਾਰੇ ਪਿੰਡਾਂ 'ਚ ਹੁੰਦੇ ਨੇ ਹੂੰ ਇੱਕ ਗੱਲ ਮੇਰਾ ਪੁੱਛਣ ਨੂੰ ਦਿਲ ਕਰਦਾ ਵੀ ਜਦੋਂ ਤੁਹਾਡੇ ਪਿਤਾ ਜੀ ਨੂੰ ਪਤਾ ਲੱਗਿਆ ਹੋਣਾ ਵੀ ਇਹ ਮਾਂ ਬਾਪ ਉਹਦੇ ਨਹੀਂ ਇਹ ਘਰ ਉਹਦਾ ਨਹੀਂ ਇਹ ਪਿੰਡ ਉਹਦਾ ਨਹੀਂ ਤਾਂ ਉਹਨਾਂ ਨੇ ਮਤਲਬ ਗੱਲ ਜਾਣਨ ਤੋਂ ਬਾਅਦ ਉਸ ਚੀਜ਼ ਨੂੰ ਐਕਸੈਪਟ ਕੀਤਾ ਜਾਂ ਫਿਰ ਉਹ ਮਤਲਬ ਕਰਦੇ ਉਸ ਪਰਿਵਾਰ ਨਾਲ ਜਿਹੜੀ ਗੱਲ ਮੈਨੂੰ ਹੁਣ ਦੋ ਗੱਲਾਂ ਦਾ ਹੈ ਨਾ ਪਤਾ ਇਹ ਤਾਂ ਦੱਸਣਾ ਮੁਸ਼ਕਲ ਹੈ ਪਰ ਇੱਕ ਤਾਂ ਗੱਲ ਇਹ ਹੈ ਕਿ ਉਹਨੂੰ ਇਹ ਪਤਾ ਸੀ ਕੇ ਪਿੰਡ ਅਭੀ ਬੂਥਗੜ ਨਾ ਹੂੰ ਮੇਰਾ ਹੈਗਾ ਕੋਸਾ ਕਿਉਂਕਿ ਮੈਨੂੰ ਮੇਰੀ ਭੈਣ ਨੇ ਦੱਸਿਆ ਵੀ ਜਿਹੜੀ ਪੂਆ ਸੀ ਸਾਡੀ ਹੂੰ ਉਹ ਅਕਸਰ ਨੂੰ ਮਤਲਬ ਉਹ ਕਹਿੰਦਾ ਵੀ ਨਾਲੇ ਤਾਂ ਉਹਨੂੰ ਉਂਗਲੀ ਫੜ ਕੇ ਉੱਥੋਂ ਲੈ ਕੇ ਆਉਂਦੀ ਮਾਨੂੰ ਪਰ ਤੋਂ ਅੱਛਾ ਜੀ ਉਹ ਨੇੜੇ ਹੀ ਆ ਕੋਈ ਬਹੁਤ ਦੂਰ ਨਹੀਂ 7-8 ਕਿਲੋਮੀਟਰ ਇਹ ਪਿੰਡ ਮੈਂ ਉੱਥੇ ਹੀ ਪੜਿਆ ਤੇ ਤੁਰ ਕੇ ਆਉਂਦਾ ਰਿਹਾ ਉੱਥੋਂ ਬਿਨਾਂ ਲੇ ਤਾਂ ਉਂਗਲੀ ਫੜ ਕੇ ਲਈ ਆਉਂਦੀ ਨਾਲੇ ਰੋਈ ਜਾਂਦੀ ਉਹ ਨੂੰ ਨਾ ਉਹ ਪਿੰਡ ਦਿਖਾਉਂਦੀ ਰਹੀ ਹੂੰ ਦੋ ਪਰਿਵਾਰਾਂ ਨਾਲ ਬਾਪੂ ਦੀ ਸੰਜ ਰਹੀ ਬਹੁਤ ਅੱਛਾ ਜੀ ਜਿੰਨਾ ਦੇਖ ਤਾ ਤਾਇਆ ਸੀ ਘਰਾਂ ਚੋਂ ਘਰਾਂ ਚੋਂ ਤਾਂ ਨਹੀਂ ਸੀਗਾ ਠੀਕ ਹੈ ਦੂਰੋਂ ਪਰ ਸਾਹਬਿਆ ਉਹਨਾਂ ਨੇ ਬਾਪੂ ਅੱਛਾ ਜੀ ਸ਼ਾਇਦ ਉਹ ਬਪ ਉਹ ਤਾਏ ਦੀ ਜਿਹੜੀ ਅੰਮਾ ਸੀਗੀ ਉਹ ਬਾਪੂ ਦੀ ਕੁਝ ਰਿਸ਼ਤੇਦਾਰੀ ਚੋਂ ਸੀ ਤੇ ਇਸ ਲਈ ਉਹਨੂੰ ਪਿੰਡ ਦੀ ਤਾਂ ਉਂ ਵਾਕਫ ਹੀ ਸੀਗੀ ਵੀ ਬੂਥਗੜਾ ਇੱਕ ਤਾਂ ਸਾਡੀ ਉੱਥੇ ਰਿਸ਼ਤੇਦਾਰੀ ਹੈ। ਅੱਛਾ ਜੀ। ਉਹ ਲੈ ਕੇ ਆਉਂਦੀ ਸੀ। ਹੂੰ। ਪਰ ਮੇਰੇ ਖਿਆਲ ਚ ਉਹਨੂੰ ਇਹ ਇਹ ਸਾਰੀ ਗੱਲ ਦਾ ਇਹ ਨਹੀਂ ਦੱਸਿਆ ਗਿਆ ਸੀ। ਹੂੰ। ਇਹਦਾ ਤਾਂ ਉਹਨੂੰ ਅਚਾਨਕ ਕਿਸੇ ਗੱਲੋਂ ਪਤਾ ਲੱਗਿਆ। ਕੇਹਲ ਮੈਨੂੰ ਬਾਪੂ ਨੇ ਦੱਸਿਆ। ਅੱਛਾ ਜੀ। ਉਹ ਮੈਂ ਉਹਨੂੰ ਪੁੱਛਿਆ ਮੈਂ ਕਿ ਤੇਰੀ ਇਹ ਸਾਥੇ ਬਿਟਤੀ ਕਿਵੇਂ ਬਣ ਗਈ ਬਹੁਤ ਸਾਥ ਸੀ। ਹੂੰ। ਉਨੇ ਸਾਰੀ ਉਮਰ ਮਤਲਬ ਕਿਸੇ ਚੀਜ਼ ਦੀ ਸੱਚਮੁੱਚ ਚਿੰਤਾ ਨਹੀਂ ਕੀਤੀ। ਅੱਛਾ ਜੀ। ਬੜੇ ਸੰਕਟ ਉਹਦੇ ਤੇ ਤਾਂ ਪਤਾ ਹੀ ਨਹੀਂ ਕੀ ਕੀ ਲੰਘਿਆ। ਮੇਰੀ ਜ਼ਿੰਦਗੀ 'ਚ ਵੀ ਸਾਡੇ ਤੇ ਦੋ ਤਿੰਨ ਵੱਡੀਆਂ ਗੱਲਾਂ ਹੋਈਆਂ। ਈਵਨ ਮੇਰੇ ਬੇਟੇ ਦੀ ਡੈਥ ਹੋਈ ਛੋਟੇ ਜਿਹੇ 11 ਮਹੀਨੇ ਦਾ ਸੀ। ਅੱਛਾ ਜੀ। ਤੇ ਬਾਪੂ ਉਦੋਂ ਜਮ੍ਹਾਂ ਮੰਝੇ ਤੇ ਪਿਆ ਸੀ। ਹੂੰ। ਬਸ ਮੇਰੇ ਬੁਲਾਇਆ ਮੈਨੂੰ ਕੋਲ ਹੱਥ ਫੜਿਆ। ਹੂੰ। ਜੇ ਤਦ ਨੂੰ ਪਤਾ ਲੱਗਿਆ ਤੇ ਮਤਲਬ ਮੈਂ ਉਹਦਾ ਹੱਥ ਕੰਬਦਾ ਮਹਿਸੂਸ ਕੀਤਾ ਮੈਂ ਜ਼ਿੰਦਗੀ ਚ ਕੋਈ ਉੱਡੀ ਖਤਰਨਾਕ ਚੀਜ਼ ਨਹੀਂ ਮਹਿਸੂਸ ਕੀਤੀ ਜਿੱਦਾਂ ਉਹ 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 ਰਹਾ ਹੱਥ ਕੰਬਦਾ ਸੀ ਤੋਂ ਤੇ ਮਾੜਾ ਜਾਂ ਪਾਬ ਕੋਇਆ ਹਲਕਾ ਜਿਹਾ ਇਨਾ ਕੀ ਜਿੰਨਾ ਕਮਾਇਆ ਮਿੰਟਕ ਅੱਛਾ 2 ਤੋਂ ਬਾਅਦ ਮੈਨੂੰ ਕਹਦਾ ਕੋਈ ਗੱਲ ਨਹੀਂ ਜਿਹੜਾ ਆਇਆ ਉਹਨੇ ਜਾਣਾ ਹੁੰਦਾ ਤੇਰੀ ਮਾਂ ਚਲੀ ਗਈ ਹੁਣ ਬਾਰੀ ਮੇਰੀ ਦੀ ਇਹ ਚਲਿਆ ਗਿਆ ਮੈਂ ਚਲਿਆ ਜਾਣਾ ਮੈਂ ਤਾਂ ਚਲੇ ਜਾਣਾ ਇੱਥੇ ਕੋਈ ਚੀਜ਼ ਨਹੀਂ ਰਹਿਣਾ ਨਹੀਂ ਹੈਗਾ ਇਸ ਲਈ ਇਹਦਾ ਕੋਈ ਬਹੁਤ ਜ਼ਿਆਦਾ ਦੁੱਖ ਮਨਾਉਣ ਦੀ ਲੋੜ ਨਹੀਂ ਬੜੀ ਮਾੜੀ ਗੱਲ ਹੋਈ ਆਪਾਂ ਤਾਂ ਮਸਾ ਦੇਖਿਆ ਸੀ ਮੇਰੇ ਤੈਨੂੰ ਬੇਟੀਆਂ ਤੋਂ ਬਾਅਦ ਹੋਇਆ ਸੀ ਤੇ ਪਰ ਉਹ ਮਤਲਬ ਨੋਰਮਲ ਹੋ ਗਿਆ ਤਾਂ ਉਹਦਾ ਮੈਨੂੰ ਵੀ ਬੜਾ ਹੌਸਲਾ ਮਿਲਿਆ ਤੇ ਉਹਦੇ 'ਚ ਠੀਕਾ ਪਰ ਉਹ ਤੁਮਹ ਪੁੱਛਿਆ ਵੀ ਤੂੰ ਇਹ ਜਿਹਾ ਸਾਥ ਤੇ ਜਾ ਕਿਵੇਂ ਹੋ ਗਿਆ ਮੈਂ ਬਹੁਤ ਪਹਿਲਾਂ ਪੁੱਛਿਆ ਸੀ ਉਹਦੇ ਬਾਰੇ ਤਾਂ ਬਾਪੂ ਮੇਰੇ ਪ੍ਰੋਫੈਸਰ ਇੱਕ ਵਾਰੀ ਮਿਲੇ ਬਾਪੂ ਨੂੰ ਤੇ ਉਹਨਾਂ ਨੇ ਕਿਹਾ ਦਰਸ਼ਨ ਸੁਣੋ ਉਹਨਾਂ ਨੇ ਬਈ ਸਰਦਾਰ ਜੀ ਇਹ ਤੁਹਾਡਾ ਬਹੁਤ ਸ਼ਰਧਾਲੂ ਪੁੱਤਰ ਹੈ ਅੱਛਾ ਸ਼ਰਧਾ ਲੁਕਤ ਮੈਂ ਮੇਰੇ ਬਾਪ ਪ੍ਰਤੀ ਮੇਰੇ ਚ ਬਹੁਤ ਸ਼ਰਧਾ ਸੀ ਹਮ ਮੈਂ ਜਣੀ ਆਪਣੇ ਮਾਂ ਬਾਪ ਦੀਆਂ ساری ਉਮਰ ਗੱਲਾਂ ਕਰਦਾ ਰਿਹਾ ਸਾਥ ਹਮ ਫਿਰ ਵੀ ਮੈਨੂੰ ਇਹ ਲੱਗਦਾ ਵੀ ਯਾਰ ਇਹ ਉਹਨਾਂ ਦੀ ਗੱਲ ਹੋਈ ਨਹੀਂ ਜਿਹੜੀ ਚਾਹੀਦੀ ਹਮ ਹੈਨਾ ਤਾਂ ਉਹ ਫਿਰ ਉਹ ਤਾਂ ਮੈਂ ਪੁੱਛਿਆ ਵੀ ਤੂੰ ਇਹ ਸਾਥ ਜਾ ਕਿਵੇਂ ਹੋ ਗਿਆ ਫਿਰ ਉਹਨੇ ਮੈਨੂੰ ਦੱਸਿਆ ਸੀ ਵੀ ਜਿਸ ਦਿਨ ਮੈਨੂੰ ਪਤਾ ਲੱਗਿਆ ਨਾ ਇਹ ਗੱਲ ਦਾ ਹਮ ਉਸ ਦਿਨ ਮੇਰਾ ਸਭ ਕਾਸੇ ਤੋਂ ਮਨ ਉਖੜ ਗਿਆ। ਹੂੰ। ਪਹਿਲਾ ਪਿੰਡ ਆਇਆ। ਇੱਥੇ ਫਿਰਦਾ ਤੁਰਦਾ ਰਿਹਾ। ਫੇਰ ਗਿਆ। ਫਿਰ ਕਿਤੇ ਸਾਧਾਣਾ ਚਲਾ ਗਿਆ। ਅੱਛਾ। ਕਲਕੱਤੇ ਕਿਸੇ ਦੀਆਂ ਮੈਂ ਸੰਨ ਲਾ ਕੇ ਰੋਟੀ ਖਾਂਦਾ ਰਿਹਾ। ਹੂੰ। ਆਖਰਕਾਰ ਉਹ ਫਿਰ ਉਹਨੂੰ ਲੱਗਿਆ ਵੀ ਪੰਡਿਤ ਚ ਤਾਂ ਜਾਣਾ ਪਊਗਾ। ਹੂੰ। ਤੇ ਚਲੋ ਹੋਰ ਗੱਲ ਕਰਦੇ ਆਪਾਂ। ਤੁਹਾਡੀਆਂ ਕਹਾਣੀਆਂ ਦੀ ਗੱਲ ਕਰਦੇ ਆਂ। ਤੁਹਾਡੀ ਲਿਖੀ ਕਹਾਣੀ ਬੋ ਪਾਸ਼ ਦੀ ਐਡਾਪਟੇਸ਼ਨ ਫਿਲਮ ਸਾਡੇ ਵਾਲਾ ਰਿਲੀਜ਼ ਹੋਈ ਹੈ। ਤੇ ਜਿਸ ਦਿਨ ਆਪਣੀ ਇੰਟਰਵਿਊ ਆਣੀ ਆ ਉਸ ਦਿਨ ਫਿਲਮ ਰਿਲੀਜ਼ ਹੋ ਜਾਣੀ ਆ। ਠੀਕ। ਤੇ ਉਹ ਕਹਾਣੀ ਜਾਂ ਮੈਂ ਖਾਸ ਤੌਰ ਤੇ ਤੁਹਾਨੂੰ ਪੁੱਛਣਾ ਚਾਹੂੰਗੀ ਜਿਵੇਂ ਮੈਂ ਤੁਹਾਡੀਆਂ ਸਾਰੀਆਂ ਕਹਾਣੀਆਂ ਨਹੀਂ ਪੜੀਆਂ ਪਰ ਜਿੰਨੀਆਂ ਇੱਕ ਵੀ ਮੈਂ ਕਹਾਣੀਆਂ ਤੁਹਾਡੀਆਂ ਪੜੀਆਂ ਰਹੀਆਂ ਕਿਤੇ ਨਾ ਕਿਤੇ ਐ ਲੱਦਾ ਹੁੰਦਾ ਵੀ ਤੁਹਾਡੇ ਆਲੇ-ਦੁਆਲੇ ਜਾਂ ਤਾਂ ਵਾਪਰ ਰਹੀਆਂ ਸੀ ਜਾਂ ਕਿਤੇ ਸੁਣੀਆਂ ਸੁਣਾਈਆਂ ਆ ਰਹੀਆਂ ਸੀਗੀਆਂ ਜਾਂ ਉਹ ਪਾਤਰ ਜਿਹੜੇ ਕਿਤੇ ਤੁਹਾਡੇ ਅਚੇਤ ਸੁਚੇਤ ਮਨ 'ਚ ਪਏ ਹੋਣੇ ਨੇਗੇ ਸੋ ਕਹਾਣੀਆਂ ਤੁਹਾਡੀਆਂ ਤੁਹਾਡੇ ਪਾਤਰ ਆਉਂਦੇ ਕਿੱਥੋਂ ਨੇ ਮੇਰੀਆਂ ਮੈਂ ਆਪਣੀਆਂ ਕਹਾਣੀਆਂ ਬਾਰੇ ਇੱਕ ਗੱਲ ਤਾਂ ਜਣੀ ਪੱਕੀ ਤਰ੍ਹਾਂ ਹੈ ਨਾ ਜਾਣਨਾ ਹੈ। ਉਹ ਮਾੜੀ ਹੈ ਕਿ ਚੰਗੀ ਹੈ ਇਹਦੇ ਬਾਰੇ ਨਹੀਂ ਮੈਂ ਕਹਿੰਦਾ। ਹੋ ਸਕਦਾ ਇਹ ਗੱਲ ਮੈਨੂੰ ਇੱਕ ਕਹਾਣੀਕਾਰ ਦੇ ਤੌਰ ਤੇ ਉਹਨਾਂ ਚੰਗਾ ਨਾਮ ਬਣਵਾ ਦਿੰਦੀ ਹੋਵੇ ਕਹਾਣੀਕਾਰ। ਪਰ ਮੇਰੀਆਂ ਲਗਭਗ ਸਾਰੀਆਂ ਕਹਾਣੀਆਂ ਨੇ ਜਿਹੜੀਆਂ ਉਹ ਵਿਚਾਰ ਤੇ ਆਧਾਰਿਤ ਨੇ। ਹੂੰ ਦਮ ਨਾਲ ਵੀ ਮੈਨੂੰ ਪਹਿਲਾਂ ਕੋਈ ਵਿਚਾਰ ਆਇਆ ਕਿਸੇ ਚੀਜ਼ ਦਾ ਅਹਿਸਾਸ ਹੋਇਆ ਉਹ ਅਹਿਸਾਸ ਤੁਹਾਡੇ ਅੰਦਰ ਇੱਕ ਕੋਈ ਸ਼ਬਦਾਂ ਦਾ ਰੂਪ ਲੈ ਗਿਆ ਹੈ ਨਾ ਤੁਸੀਂ ਉਹ ਆਪਣੇ ਆਪ ਨਾਲ ਗੱਲ ਕੀਤੀ ਵੀ ਆ ਗੱਲ ਹੈ ਅਸਲ ਚ ਤੇ ਫਿਰ ਉਹ ਇੱਕ ਤਾਂ ਮੈਂ ਕਹਾਣੀ ਕਦੇ ਆਏ ਨਹੀਂ ਲਿਖੀ ਵੀ ਮੈਨੂੰ ਹੁਣ ਕਹਾਣੀ ਸੁਜੀ ਤੇ ਮੈਂ ਲਿਖਤੀ ਅੱਛਾ ਹੀ ਮੇ ਡਬੋਲੀਆ 2000 18 ਵਿੱਚ ਲਿਖੀ ਹੈ ਮੈਂ 18 ਵਿੱਚ ਛਪੀ ਹੈ ਅੱਛਾ ਹੀ ਇਹ 2003 ਵਿੱਚ ਸੋਚਿਆ ਸੀ ਮੈਂ ਅੱਛਾ ਹੀ ਵੀ ਮੈਂ ਕਿਸਾਨ ਆਤਮਾ ਤੇ ਆਦੇ ਕਹਾਣੀ ਲਿਖਣੀ ਹੈ ਹੂੰ ਪਰ ਉਹ ਮੇਰੇ ਜਿੰਨੀ ਦੇਰ ਗੱਲ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆਈ ਉਹ ਮੁਹਾਵਰਾ ਨਹੀਂ ਬਣਿਆ ਜਿਹਦੇ ਚ ਉਹ ਗੱਲ ਕਹੀ ਜਾਣੀ ਚਾਹੀਦੀ ਹੈ ਹੂੰ ਉਨੀ ਦੇਰ ਮੈਂ ਨਹੀਂ ਲਿਖੀ ਬਹੁਤ ਸਾਂਗੜੇ ਕਹਾਣੀਆਂ ਨੇ ਜਿਹੜੀਆਂ ਸ਼ਾਇਦ ਮੈਂ ਤੁਹਾਨੂੰ ਕਦੇ ਲਿਖਿਆ ਹੀ ਨਾ ਹੋਣ ਮੈਨੂੰ ਪਤਾ ਵੀ ਆਹ ਗੱਲ ਕਰਨ ਦੀ ਲੋੜ ਉਹ ਵਿਚਾਰ ਪਿਆ ਮੇਰੇ ਅੰਦਰ ਹਮ ਲੇਕਿਨ ਉਹ ਵਿਚਾਰ ਤਾਂ ਕਹਾਣੀ ਨਹੀਂ ਨਾ ਹੁੰਦਾ ਹਮ ਬੱਚਾ ਕਹਾਣੀ ਦਾ ਅਲਾ ਦਵਾਲਾ ਬਣਨਾ ਹੁੰਦਾ ਹੈ ਪਤਰਾਂ ਨੇ ਬਣਨਾ ਹੁੰਦਾ ਹੈ ਕੰਟੈਕਸਟ ਬਣਨੇ ਹੁੰਦੇ ਨੇ ਪ੍ਰਸੰਗ ਬਣਨੇ ਨੇ ਹਮ ਯੂ ਨਾ ਕਹਾਣੀ ਅਸਲ ਚ ਪਹਿਲਾਂ ਤੁਹਾਡੇ ਅੰਦਰ ਉੱਤਰਦੀ ਹੈ ਪਰ ਮੇਰੀ ਕਹਾਣੀ ਵਾਲ ਜਣੀ ਮੈਂ ਇੰਨੀ ਇੱਕ ਗੱਲ ਜ਼ਰੂਰ ਜਾਣਦਾ ਵੀ ਵੀ ਮੈਨੂੰ ਪਹਿਲਾਂ ਇਹ ਪਤਾ ਹੁੰਦਾ ਵੀ ਮੈਂ ਕੀ ਕਹਿਣਾ ਹੈ ਬਿਲਕੁਲ ਵੀ ਮੈਂ ਕਹਾਣੀ ਲਿਖਣੀ ਕੀ ਕਹਿ ਕੀ ਕਹਿਣ ਦੂਆ ਹੂੰ ਤੇ ਮੋਹ ਪਾਸ਼ ਜਦੋਂ ਮੈਂ ਲਿਖੀ ਨਾ ਤਾਂ ਉਹਨਾਂ ਦੌਰਾਨ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਅੱਛਾ ਜੀ ਤੇ ਉਹ ਜਿਹੜਾ ਮੁੰਡਾ ਸਕੂਟਰ ਚਲਾਉਂਦਾ ਸੀ ਹੂੰ ਉਹਦੀ ਡੈਥ ਹੋ ਗਈ ਅੱਛਾ ਜੀ ਤੇ ਭਰਾ ਨੂੰ ਮੇਰੇ ਨੂੰ ਹਸਪਤਾਲ ਲੈ ਗਏ ਚਲੋ ਉਸ ਦਿਨ ਤਾਂ ਫਿਰ ਮੈਂ ਵੀ ਉੱਥੋਂ ਮੈਨੂੰ ਅਕੈਡਮੀ ਚ ਪਤਾ ਲੱਗਿਆ ਮੈਂ ਹਸਪਤਾਲ ਨੂੰ ਚਲਾ ਗਿਆ ਤੇ ਦੂਜੇ ਦਿਨ ਮੈਂ ਆ ਕੇ ਸ਼ਾਮ ਨੂੰ ਫਿਰ ਉਹਨਾਂ ਦੇ ਘਰ ਬੈਠਣ ਗਿਆ ਮਰੂ ਮੁੰਡੇ ਨੂੰ ਡਗ ਦੇਤਾ ਤੇ ਸਾਡਾ ਚੰਗਾ ਸਲੱਗੀ ਪਰਿਵਾਰ ਸੀ ਉਹ ਕੋਈ ਕਿਸੇ ਨੇ ਕੁਝ ਨਹੀਂ ਕਿਹਾ ਕੋਈ ਗੱਲ ਨਹੀਂ اچھا ਕੋਈ ਨਹੀਂ ਵੀ ਪਰ ਮੈਨੂੰ ਉੱਥੇ ਦੋਲੇ ਤੇ ਬੈਠੇ ਨੂੰ 70 ਤੱਕ ਜਦੋਂ ਮੈਂ ਬੈਠਾ ਸੀ ਤਾਂ ਮੈਨੂੰ ਮਹਿਸੂਸ ਹੋਇਆ ਵੀ ਵੀ ਯਾਰ ਇਹਨਾਂ ਨੂੰ ਮੇਰਾ ਇੱਥੇ ਬੈਠਣਾ ਕਿਵੇਂ ਲੱਗਦਾ ਹੋਊਗਾ ਹੂੰ ਸਾਡਾ ਮੁੰਡਾ ਜਿਉਂਦਾ ਲੱਤ ਟੁੱਟੀ ਹੋਈ ਦੂਜੇ ਤੱਕ ਵੀ ਠੀਕ ਨਹੀਂ ਆਈ ਹੂੰ ਉਹ ਜੇ ਵੀ ਹੱਡੀ ਨਿਕਲੀ ਜਾਂਦੀ ਆ ਉਹਦੀ ਕਰੀ ਹੋ ਗਿਆ ਸੀ ਆ ਸਾਰਾ ਟੁੱਟ ਗਿਆ ਸੀ ਉਹਦਾ ਇਹਨਾਂ ਨੂੰ ਮੈਂ ਕਹ ਰਹੀ ਜਾਂਦੀ ਹਾਂ ਹੁਣ ਮੇਰੇ ਪ੍ਰਤੀ ਇਹ ਕੀ ਸੋਚਦੇ ਹੋਣਗੇ ਹੂੰ ਤਾਂ ਮੈਂ ਨਿਸ਼ਚਿਤ ਤੌਰ ਤੇ ਵੀ ਹੁਣ ਮਤਲਬ ਮੇਰੇ ਸਾਹਮਣੇ ਇਹ ਸੰਕਟ ਸੀਗਾ ਵੀ ਮੈਨੂੰ ਇੱਥੇ ਬੈਠਣਾ ਚਾਹੀਦਾ ਹੈ ਕਿ ਨਹੀਂ ਬੈਠਣਾ ਚਾਹੀਦਾ ਹੂੰ ਮੈਨੂੰ ਬੈਠ ਕੇ ਬੈਠਾ ਦੇਖ ਕੇ ਇਹਨਾਂ ਦੇ ਖਿਆਲ ਕਿਸ ਤਰ੍ਹਾਂ ਦਾ ਮਨ ਚਾਹੁੰਦਾ ਬਿਲਕੁਲ ਹੁਣ ਉਹ ਉਹਨਾਂ ਦੇ ਆਏ ਆ ਕਿ ਨਹੀਂ ਆਇਆ ਕਿਉਂਕਿ ਸਾਡੇ ਸੰਬੰਧ ਬਣੇ ਰਹੇ ਅਸੀਂ ਤਾਂ ਬਹੁਤ ਵਧੀਆ ਬਰਤਦੇ ਰਹੇ ਉਦੋਂ ਵੀ ਹੂੰ ਇਸ ਵਿਚਾਰ ਚ ਮਤਲਬ ਜਿਹੜੀ ਕਹਾਣੀ ਹੈ ਮਲੇ ਆ ਗਿਆ ਤੇ ਮੇਰੀ ਦੂਜੀ ਵੀ ਕਹਾਣੀ ਹੈ ਅੱਛਾ ਜੀ ਪਹਿਲੀ ਕਹਾਣੀ ਮੇਰੀ ਛਪੀ ਸੀਗੀ ਸਿਰਜਣਾ ਚ ਅਸੀਮਤ ਰਿਸ਼ਤੇ ਅੱਛਾ ਜੀ ਤੇ ਦੂਜੀ ਕਹਾਣੀ ਮਉਪਾਸ ਸੀਗੀ ਠੀਕ ਹੈ ਜੀ ਮੇਰੀ ਇਹ ਸਭ ਤੋਂ ਪਿਆਰੀ ਕਹਾਣੀ ਹੈ ਕਿਉਂਕਿ ਇਹਦੇ ਚ ਮੈਨੂੰ ਇਹ ਲੱਗਦਾ ਵੀ ਹੁਣ ਤਾਂ ਮੈਨੂੰ ਪਤਾ ਵੀ ਮੈਂ ਕੀ ਕਿਹਾ ਤੁਹਾਨੂੰ ਕਈ ਵਾਰ ਬਹੁਤ ਗੱਲ ਦਾ ਆਪ ਸਮਝੀ ਜੀ ਨਹੀਂ ਹੁੰਦੀ ਤੁਸੀਂ ਤਾਂ ਲਿਖੀ ਕੋ ਹੋਰ ਸਮਝ ਕੇ ਹੁੰਦੀ ਹੈ ਕਿਸੇ ਬੰਦੇ ਨੇ ਪਿਛਲੇ ਇਹ ਇਹ 17 ਹਰਾਂ ਚ ਬਣੀ ਐ ਫਿਲਮ ਹੈ ਨਾ 17 ਚ ਬਣੀ ਸੀ 17 ਚ ਬਣੀ ਸੀ ਹਾਂ ਤੇ 8 ਚ 19 ਚ ਮੈਨੂੰ ਕਿਸੇ ਨਾ ਨਾ ਸੰਪਰਕ ਕੀਤਾ ਹੂੰ ਇਹਦੇ ਤੇ ਫਿਲਮ ਬਣਾਉਣ ਲਈ ਅੱਛਾ ਜੀ ਮੋ ਪਾਸ ਤੇ ਹੂੰ ਫੋਨ ਆਇਆ ਮੈਨੂੰ ਹੂੰ ਤੇ ਉਹ ਉਹ ਤਾਂ ਮੇਰੀ ਕਹਾਣੀ ਤੇ ਕਿੰਨੇ ਸਾਲ ਹੋ ਗਏ ਹੈ ਅਧਿਕਾਰ ਲਏ ਹੋਏ ਨੇ ਜੰਦ ਖੇਤਰ ਦੇ ਮੁਕੇਸ਼ ਉਹਨਾਂ ਨੇ ਅੱਛਾ ਜੀ ਹਣਾ ਤੇ ਉਹ ਨਹੀਂ ਉਹਨਾਂ ਤੋਂ ਕਿਸੇ ਵਜ੍ਹਾ ਕਰਕੇ ਹਨ ਬਣ ਰਹੀ ਹਾਲਾਂਕਿ ਮੈਨੂੰ ਇੱਥੇ ਆ ਕੇ ਬਥੇਰੇ ਕਹਿੰਦੇ ਨੇ ਵੀ ਤੂੰ ਜੰਦ ਖੇਤਰ ਤੇ ਤੁਹਾਨੂੰ ਦੇ ਦੇ ਅਧਿਕਾਰ ਉਹ ਤਾਂ 5 ਸਾਲ ਹੀ ਹੁੰਦੇ ਨੇ ਉਹ ਮੈਂ ਖੈਰ ਵੀ ਮੈਂ ਇਹ ਕਰੀ ਨਹੀਂ ਹੋਈ ਗੱਲ ਮੈਂ ਤਾਂ ਉਹਨੂੰ ਲਿਖ ਕੇ ਦੇਤਾ ਵੀ ਇਹਦੇ ਅਧਿਕਾਰ ਨੇ ਤੇ ਹੈਗੀ ਉਹਦੇ ਬਿਲਕੁਲ ਤਾਂ ਉਹ ਹੁਣ ਉਹ ਬਾਸ਼ ਦੀ ਜਦੋਂ ਉਹਨੇ ਮੇਰੇ ਨਾਲ ਗੱਲ ਕੀਤੀ ਉਹਨੇ ਮੈਨੂੰ ਇੱਕ ਗੱਲ ਕਹੀ ਉਹ ਕਹਿੰਦਾ ਵੀ ਇਹ ਨਾ ਕਹਾਣੀ ਇਹ ਕਹਿੰਦੀ ਹੈ ਕਿ ਦੁਨੀਆਂ ਦੀਆਂ ਸਾਰੀਆਂ ਦੁਸ਼ਮਣੀਆਂ ਸਾਰੇ ਬੈਰ ਵਿਰੋਧ ਇੱਕੋ ਹੀ ਹਥਿਆਰ ਹੈ ਇਹਨਾਂ ਨੂੰ ਖਤਮ ਕਰਨ ਦਾ ਤੇ ਉਹ ਹੈ ਪ੍ਰੇਮ ਤੁਹਾਡਾ ਆਪਸੀ ਪਿਆਰ ਹੈ ਜਿਹੜਾ ਬੰਦੇ ਦੀ ਬੰਦੇ ਨਾਲ ਮੁਹੱਬਤ ਹੈ ਜਿਹੜੀ ਉਹ ਮਤਲਬ ਇਸ ਸਾਰੀ ਚੀਜ਼ ਨੂੰ ਦੁਨੀਆ ਨੂੰ ਰਹਿਣਯੋਗ ਤੇ ਹੋਰ ਸੋਹਣਾ ਬਣਾ ਸਕਦੀ ਹੈ ਉਹੀ ਇਲਾਜ ਆ ਮਤਲਬ ਹਮ ਹਮ ਮੇਰੀ ਯਾਦ ਆ ਵੀ ਭਾਈ ਗੁਰਬਾਣੀ ਵੀ ਅਸਲ ਚ ਇਹੀ ਕਹਿੰਦੀ ਹੈ ਤਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਹਮ ਤਾਂ ਉਹ ਫਿਰ ਇਹਦਾ ਜਿਹੜਾ ਮੈਨੂੰ ਲੱਗਦਾ ਵੀ ਬਹੁਤ ਸਾਰੇ ਬੰਦਿਆਂ ਨੇ ਇਸ ਕਹਾਣੀ ਨੂੰ ਪਸੰਦ ਕੀਤਾ ਮੈਨੂੰ ਵੀ ਮੈਂ ਇਹਨੂੰ ਆਪਣੀ ਸਭ ਤੋਂ ਪਿਆਰੀ ਕਹਾਣੀ ਕਹਿੰਦਾ ਹਾਂ ਹਾਂ ਹਾਲਾਂਕਿ ਮੈਂ ਸਭ ਤੋਂ ਚੰਗੀ ਕਹਾਣੀ ਨਹੀਂ ਮੰਨਦਾ ਚੰਗੀਆਂ ਤਾਂ ਮੈਨੂੰ ਤਾਂ ਹੋਰ ਹੋਰ ਕਹਾਣੀਆਂ ਇੰਤਿਆਂ ਲੱਗਦੀਆਂ ਹਾਂ ਹੈਨਾ ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਕਹਾਣੀ ਉਨੀ ਹੋ ਚੰਗੀ ਜਿਵੇਂ ਮੈਂ ਸੱਚ ਕੀ ਬੇਲਾ ਤੇ ਇੱਕ ਕਰਨਾਜ਼ਾਦ ਹੁੰਦੀਆਂ ਦਾ ਹਾਂਜੀ ਤਾਂ ਮੈਂ ਮੰਨਦਾ ਵੀ ਯਾਰ ਉਹ ਪੰਜਾਬੀ ਸੰਸਾਰ ਵਿੱਚ ਉਹ ਨਹੀਂ ਪੜੀਆਂ मतलब ਮੈਨੂੰ ਜੇ ਕੋਈ ਪੁੱਛੇ ਵੀ ਤੂੰ ਕੀ ਕੀਤਾ ਤਪੁ ਮੈਂ ਤਾਂ ਇਹ ਕਹੂੰਗਾ ਵੀ ਮੈਂ ਸੱਚ ਕੀ ਬਿਲਾ ਲਿਖੀ ਇੱਕ ਘਰ ਆਦਾ ਦਿੰਦੀਆਂ ਉਹ ਲਿਖੀ ਉਹਨੇ ਉਹ ਕਹਾਣੀਆਂ ਪਰ ਉਹ ਪੜੇ ਕਾਰਨ ਹੋਣਗੇ ਮੋਪਾਸ਼ ਖੈਰ ਬਹੁਤ ਸਾਰੀਆਂ ਕਹਾਣੀਆਂ ਤੇ ਕਹਾਣੀਆਂ ਤਾਂ ਮੇਰੀਆਂ ਮੁੱਢ ਪੰਜਾਬੀ ਦੀਆਂ ਹਮੇਸ਼ਾ ਟੋਪੇ ਹੀ ਰੀਆਂ ਨੇ ਜੁੱਟ ਖੇਤਰ ਨੜੇ ਨਵੇਂ 2000 ਵਾਲੇ ਚ ਖੰਡੇ ਦੀ ਧਾਰ ਤੇ 18 ਦੀ ਬਹੁਤ ਵਧੀਆ ਇੰਟਰਸਟਿੰਗ ਹਨਾ ਗੱਲ ਆ ਵੀ ਜਦੋਂ ਨਵੇਂ ਜਮਾਨੇ ਵਾਲਿਆਂ ਨੇ ਇਨਾਮ ਦੇਣਾ ਸ਼ੁਰੂ ਕੀਤਾ ਪਹਿਲਾ ਇਨਾਮ ਦਿੱਤਾ ਇਹ ਉਹ ਪਹਿਲਾਂ ਕੱਢੀ ਉਹਨਾਂ ਨੇ ਉਦੋਂ ਇਨਾਮ ਨਹੀਂ ਸੀ ਦਿੰਦੇ ਅੱਛਾ ਜੀ ਔਰ ਜੁੱਧ ਖੇਤਰ ਆਈ ਅੱਛਾ ਜੀ ਅਗਲੇ ਸਾਲ ਇਨਾਮ ਦਿੱਤਾ ਫਿਰ ਕਹਾਣੀ ਜੀ ਅ ਖੰਡੇ ਦੀ ਧਾਰ ਉਹਨੂੰ ਮਿਲਿਆ ਅੱਛਾ ਜੀ ਉਦੋਂ ਬਾਅਦ ਕੁਝ ਦਿਨ ਬਾਅਦ ਉਹ ਰੋਲ ਰੁਲ ਰਿਹਾ ਪੈ ਗਿਆ ਟਲਾ ਪਾਉ ਉਹ ਚੱਕਰ ਚ ਨਹੀਂ ਜਾਂਦੇ ਵੀ ਕਿਉਂ ਪੈ ਗਿਆ ਲੇਕਿਨ ਉਹ ਬੰਦ ਹੋ ਗਿਆ ਹੂੰ ਹੂੰ ਉਸੇ ਗਰੁੱਪ ਨੇ ਸੁਕੀਰਤ ਉਹਨਾਂ ਨੇ ਅੱਛਾ ਜੀ 2018 ਚ ਫੇਰ ਸ਼ੁਰੂ ਕੀਤਾ ਹੂੰ ਫੇਰ ਮੇਰੀ ਗੱਡੀਆਂ ਛੱਡ ਬੋਲੀਆਂ ਢੋਬੋੜੀਆਂ ਇਹ ਬਹੁਤ ਬੜੀ ਖੁਸ਼ੀ ਹੋਈ ਇਹ ਗੱਲ ਦੇ ਹੂੰ ਹੈ ਨਾ ਬਿਲਕੁਲ ਰਸਤਾ ਇਹ ਤੁਸੀਂ ਲਿਖਣਾ ਹੁੰਦਾ ਮੇਰਾ ਕੋਈ ਬਹੁਤਾ ਨਾਮ ਆ ਸਨਮਾਨਾ ਚ ਹੂੰ ਉਹ ਮੈਂ ਨਹੀਂ ਨਾ ਮੈਨੂੰ ਇਹ ਕੁਝ ਕਰਦੇ ਨੇ ਹੂੰ ਤੇ ਇਹਨਾਂ ਦੇ ਤਾਂ ਤਾਂ ਕੋਈ ਹੋਰ ਕਨੇ ਕਾਰਨ ਹੁੰਦੇ ਨੇ ਮਿਲਣਾ ਨਾ ਮਿਲਣਾ ਮਿਲ ਗਿਆ ਤਾਂ ਭਲੀ ਬਾਵਾ ਕਿਉਂਕਿ ਮੈਂ ਤਾਂ ਕੁਝ ਕੋਈ ਹੋਰ ਕਾਰਨ ਨਹੀਂ ਲਿਖਣਾ ਦੇ ਤਾ ਬਿਲਕੁਲ